ਉਹ ਘਰ ਸ਼ਮਸ਼ਾਨ ਹੈ ਜਿਸ ਵਿੱਚ ਰੱਬ ਦੇ ਨਾਮ ਦੀ ਚਰਚਾ ਨਾ ਹੋਵੇ। ਅੱਜ ਦਾ ਇਨਸਾਨ ਇੰਨਾ ਰੁੱਝਿਆ ਹੋਇਆ ਹੈ ਕਿ ਉਹ ਚਾਹ ਕੇ ਵੀ ਭਜਨ ਦੇ ਲਈ ਸਮਾਂ ਨਹੀਂ ਕੱਢ ਪਾਉਂਦਾ। ਅਜਿਹੇ ਹਾਲਾਤ ਵਿੱਚ ਗੀਤਾ ਦਾ ਇਹ ਸੁਨੇਹਾ ਤੁਹਾਡੇ ਕੰਨਾਂ ਤੱਕ ਪਹੁੰਚ ਜਾਏ ਤਾਂ ਚੰਗੇ ਸੰਸਕਾਰਾਂ ਦਾ ਬੀਜ ਬੋਇਆ ਜਾਂਦਾ ਹੈ ਅਤੇ ਇਹੋ ਭਜਨ ਦੀ ਆਧਾਰਸ਼ਿਲਾ ਹੈ। ਸ਼੍ਰੀ ਪਰਮਾਤਮਨੇ ਨਮਹਿ। ਯਥਾਰਥ ਗੀਤਾ ਸ਼੍ਰੀਮਦ ਭਗਵਦ ਗੀਤਾ ਆਰੰਭ 9ਵਾਂ ਅਧਿਆਇ। ਪ੍ਰਸਤੁਤ ਅਧਿਆਇ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਆਪ ਚਰਚਾ ਕੀਤੀ ਕਿ ਯੋਗ ਯੁਕਤ ਪੁਰਸ਼ ਦਾ ਐਸ਼ਵਰਿਆ ਕੈਸਾ ਹੈ, ਸਭ ਵਿੱਚ ਵਿਆਪਤ ਰਹਿਣ ਤੇ ਵੀ ਉਹ ਕਿਵੇਂ ਨਿਰਲੇਪ ਹੈ, ਕਰਦੇ ਹੋਏ ਵੀ ਉਹ ਕਿਵੇਂ ਅਕਰਤਾ ਹੈ, ਉਸ ਪੁਰਸ਼ ਦੇ ਸੁਭਾਵ ਅਤੇ ਪ੍ਰਭਾਵ ਉੱਤੇ ਪ੍ਰਕਾਸ਼ ਪਾਇਆ। ਯੋਗ ਨੂੰ ਆਚਰਣ ਵਿੱਚ ਢਾਲਣ ਨਾਲ ਆਉਣ ਵਾਲੇ ਦੇਵਤਾ ਦਿੱਕ ਵਿਘਨਾਂ ਤੋਂ ਸਚੇਤ ਕੀਤਾ ਅਤੇ ਉਸ ਮਹਾਂਪੁਰਸ਼ ਦੀ ਸ਼ਰਨ ਜਾਣ ਤੇ ਬਲ ਦਿੱਤਾ। ਸ਼੍ਰੀ ਭਗਵਾਨ ਉਵਾਚ। ਇਦੰ ਤੁ ਤੇ ਗੁਹ੍ਯਤਮੰ ਪ੍ਰਵਕ੍਷ਾਮ੍ਯਨਸੂਯਵੇ ਗਿਆਨੰ ਵਿਗਿਆਨਸਹਿਤੰ ਯਜ੍ਞਾਤ੍ਵਾ ਮੋਕ੍਷ਸੇ ਸ਼ੁਭਾ। ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਕਿਹਾ, ਅਰਜੁਨ, ਈਰਖਾ ਰਹਿਤ ਤੇਰੇ ਲਈ ਮੈਂ ਇਸ ਪਰਮ ਰਹੱਸਮਈ ਗਿਆਨ ਨੂੰ ਵਿਗਿਆਨ ਸਹਿਤ ਕਹਾਂਗਾ, ਅਰਥਾਤ ਪ੍ਰਾਪਤੀ ਤੋਂ ਬਾਅਦ ਮਹਾਂਪੁਰਸ਼ ਦੀ ਰਹਿਣੀ ਦੇ ਸਹਿਤ ਕਹਾਂਗਾ ਕਿ ਕਿਵੇਂ ਉਹ ਮਹਾਂਪੁਰਸ਼ ਸਭ ਥਾਈਂ ਇੱਕ ਸਾਥ ਕਰਮ ਕਰਦਾ ਹੈ, ਕਿਵੇਂ ਉਹ ਜਾਗ੍ਰਿਤੀ ਦਿੰਦਾ ਹੈ, ਰਥੀ ਬਣ ਕੇ ਆਤਮਾ ਦੇ ਨਾਲ ਕਿਵੇਂ ਸਦਾ ਰਹਿੰਦਾ ਹੈ। ਯਤ ਗਿਆਤਵਾ ਅਰਥਾਤ ਜਿਸ ਨੂੰ ਸਾਖਿਆਤ ਜਾਣ ਕੇ ਤੂੰ ਦੁੱਖ ਰੂਪੀ ਸੰਸਾਰ ਤੋਂ ਮੁਕਤ ਹੋ ਜਾਵੇਂਗਾ, ਉਹ ਗਿਆਨ ਕਿਹੋ ਜਿਹਾ ਹੈ? ਇਸ ਤੇ ਕਹਿੰਦੇ ਹਨ, ਰਾਜ ਵਿਦਿਆ ਰਾਜ ਗੁਹ੍ਯਮ ਪਵਿੱਤ੍ਰਮਿਦਮੁੱਤਮਮ ਪ੍ਰਤ੍ਯਕ੍ਸ਼ਾਵਗਮਮ ਧਰਮ੍ਯਮ ਸੁਸੁਖਮ ਕਰਤੁਮਵਯਮ। ਵਿਗਿਆਨ ਨਾਲ ਯੁਕਤ ਇਹ ਗਿਆਨ ਸਾਰੀਆਂ ਵਿਦਿਆਵਾਂ ਦਾ ਰਾਜਾ ਹੈ। ਵਿਦਿਆ ਦਾ ਅਰਥ ਭਾਸ਼ਾ, ਗਿਆਨ ਜਾਂ ਤਾਲੀਮ ਨਹੀਂ ਹੈ। ਵਿਦਿਆ ਉਸਨੂੰ ਕਹਿੰਦੇ ਹਨ ਕਿ ਜਿਸ ਕੋਲ ਉਹ ਆਏ ਉਸਨੂੰ ਚੁੱਕ ਕੇ ਬ੍ਰਹਮ ਮਾਰਗ ਤੇ ਚਲਾਉਂਦੇ ਹੋਏ ਮੋਕਸ਼ ਦਿਵਾਏ। ਜੋ ਰਸਤੇ ਵਿੱਚ ਰਿੱਧੀਆਂ ਸਿੱਧੀਆਂ ਜਾਂ ਪ੍ਰਕਿਰਤੀ ਵਿੱਚ ਕਿਧਰੇ ਉਲਝ ਗਿਆ
ਤਾਂ ਤੇ ਸਿੱਧ ਹੈ ਕਿ ਅਵਿਦਿਆ ਸਫਲ ਹੋ ਗਈ। ਉਹ ਵਿਦਿਆ ਨਹੀਂ ਹੈ, ਇਹ ਰਾਜ ਵਿਦਿਆ ਐਸੀ ਹੈ ਜੋ ਨਿਸ਼ਚਿਤ ਕਲਿਆਣ ਕਰਨ ਵਾਲੀ ਹੈ। ਇਹੋ ਸਾਰੇ ਰਹੱਸਾਂ ਦਾ ਰਾਜਾ ਹੈ। ਵਿਦਿਆ ਅਤੇ ਅਵਿਦਿਆ ਦਾ ਭੇਦ ਖੁੱਲਣ ਤੇ ਯੋਗ ਯੁਕਤਤਾ ਦੇ ਬਾਅਦ ਹੀ ਇਸ ਨਾਲ ਮੇਲ ਹੁੰਦਾ ਹੈ। ਇਹ ਅਤਿ ਪਵਿੱਤਰ, ਉੱਤਮ ਅਤੇ ਪ੍ਰਤੱਖ ਫਲ ਵਾਲੀ ਹੈ। ਇੱਧਰ ਕਰੋ ਉੱਧਰ ਲਓ, ਐਸੇ ਪ੍ਰਤੱਖ ਫਲ ਵਾਲੀ ਹੈ। ਇਹ ਅੰਧ ਵਿਸ਼ਵਾਸ ਨਹੀਂ ਹੈ ਕਿ ਇਸ ਜਨਮ ਵਿੱਚ ਸਾਧਨਾ ਕਰੋ ਤੇ ਫਲ ਕਦੇ ਦੂਜੇ ਜਨਮ ਵਿੱਚ ਮਿਲੇਗਾ। ਇਹ ਪਰਮ ਧਰਮ ਪਰਮਾਤਮਾ ਨਾਲ ਸੰਯੁਕਤ ਹੈ। ਵਿਗਿਆਨ ਦੇ ਨਾਲ ਇਹ ਗਿਆਨ ਕਰਨ 'ਚ ਸੌਖਾ ਅਤੇ ਅਵਿਨਾਸ਼ੀ ਹੈ। अश्रद्धधाना पुरुषा धर्मस्यास्य परन्तप अप्राप्य मां निवर्तन्ते मृत्यु संसार वर्त्मनि। परम तप अर्जुन, इस धर्म विच श्रद्धा रहित पुरुष मैनू प्राप्त ना होके ਸੰਸਾਰ ਖੇਤਰ ਵਿੱਚ ਗੇੜੇ ਮਾਰਦਾ ਹੀ ਰਹਿੰਦਾ ਹੈ, ਇਸ ਲਈ ਸ਼ਰਧਾ ਜ਼ਰੂਰੀ ਹੈ। ਕੀ ਆਪ ਸੰਸਾਰ ਤੋਂ ਪਰੇ ਹੋ? ਇਸ ਤੇ ਉਹ ਕਹਿੰਦੇ ਹਨ, ਮਯਾ ਤਤਮਿਦੰ ਸਰਵੰ ਜਗਦੰ ਵਿਅਕਤ ਮੂਰਤਿਨਾ ਮਤਸਥਾਨਿ ਸਰਵ ਭੂਤਾਨਿ ਮੇਰੇ ਅਵਿਅਕਤ ਸਵਰੂਪ ਨਾਲ ਇਹ ਸਾਰਾ ਜਗਤ ਵਿਆਪਤ ਹੈ, ਅਰਥਾਤ ਮੈਂ ਜਿਸ ਸਵਰੂਪ ਵਿੱਚ ਸਥਿਤ ਹਾਂ ਉਹ ਹਰ ਥਾਈ ਵਿਆਪਤ ਹੈ। ਸਾਰੇ ਪ੍ਰਾਣੀ ਮੇਰੇ ਵਿੱਚ ਸਮਾਏ ਹਨ, ਪਰ ਮੈਂ ਉਹਨਾਂ ਵਿੱਚ ਸਥਿਤ ਨਹੀਂ ਹਾਂ, ਕਿਉਂਕਿ ਮੈਂ ਅਵਿਅਕਤ ਸਵਰੂਪ ਵਿੱਚ ਸਥਿਤ ਹਾਂ। ਮਹਾਪੁਰਸ਼ ਜਿਸ ਅਵਿਅਕਤ ਸਵਰੂਪ ਵਿੱਚ ਸਥਿਤ ਹਨ, ਉੱਥੋਂ ਹੀ ਸਰੀਰ ਤੋਂ ਵੱਖ ਉਸੇ ਅਵਿਅਕਤ ਪੱਧਰ ਤੋਂ ਹੀ ਬੋਲਦੇ ਹਨ। ਇਸੇ ਸਿਲਸਿਲੇ ਵਿੱਚ ਅੱਗੇ ਕਹਿੰਦੇ ਹਨ, पश्यमे योगमैश्वरं भूतभृन्न च भूतस्थो ममात्मा भूतभावनः। दरअसल सारे भूत अर्थात प्राणी भी मेरे अंदर स्थित नहीं हन, क्योंकि ओह मरण धर्मा हन, नष्टवान अते प्रकृति दे आसरे हन। ਪਰ ਮੇਰੀ ਯੋਗ ਮਾਇਆ ਦੀ ਪ੍ਰਭੁਤਾ ਨੂੰ ਵੇਖ ਕਿ ਜੀਵਧਾਰੀਆਂ ਨੂੰ ਪੈਦਾ ਕਰਨ ਵਾਲਾ, ਉਹਨਾਂ ਦਾ ਪੋਸ਼ਣ ਕਰਨ ਵਾਲਾ ਮੇਰਾ ਆਤਮਾ ਭੂਤਾਂ ਵਿੱਚ ਸਥਿਤ ਨਹੀਂ ਹੈ। ਮੈਂ ਆਤਮਾ ਸਵਰੂਪ ਹਾਂ, ਇਸ ਲਈ ਮੈਂ ਉਹਨਾਂ ਭੂਤਾਂ ਵਿੱਚ ਸਥਿਤ ਨਹੀਂ ਹਾਂ। ਇਹੋ ਯੋਗ ਦਾ ਪ੍ਰਭਾਵ ਹੈ। ਇਸ ਨੂੰ ਸਪਸ਼ਟ ਕਰਨ ਲਈ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦ੍ਰਿਸ਼ਟਾਂਤ ਦਿੰਦੇ ਹਨ।
यथाकाशस्थितो नित्यं वायु सर्वत्र गोमः तथा सर्वाणि भूतानि मत्स्थानीत्युपधारय। जिवें आकाश विच ही पैदा होण वाला महान वायु आकाश विच सदा स्थित रहिंदा है पर उसनूं मैला नहीं कर सकता, ठीक उसे तरह सारे भूत मेरे विच स्थित हन, ऐसा समझ। ठीक इसे तरह मैं आकाश वांग निर्लीप हाँ, ओहो मैनू मैला नहीं कर सकते। प्रश्न पूरा होया। इहो योग दा प्रभाव है। हुण योगी की करदा है? इस ते ओह कहंदे हन, सर्वभूतानि कौन्तेय प्रकृतिं यान्ति मामिकां कल्पक्षये पुनस्तानि कल्पादौ विसृजाम्यहम्। अर्जुन, कल्प दे विलीन होण दे समय सारे भूत मेरी प्रकृति अर्थात मेरे स्वभाव नूं प्राप्त हुंदे हन अते कल्प दे आरंभ विच मैं उनां दा मुड़ विसृजामी विशेष रूप नाल सिरजन करदा हां, हालांकि ओह पहलां तों मौजूद सन पर विकारमई सन। उनां नूं ही रचदा हां, सजाउंदा हां, जो अचेत हन उनां नूं जागृत करदा हां, कल्प लई प्रेरदा हां। कल्प दा मतलब है उत्थान मुखी परिवर्तन। आसुरी संपत्ति तो निकल के ज्यों ज्यों मनुख दैवी संपत्ति विच प्रवेश पाउंदा है तां इत्थे ही कल्प दा आरंभ है अते जद ईश्वर भाव नूं प्राप्त हो जांदा है तां उत्थे ही कल्प दा अंत है। अपना कर्म पूरा करके कल्प भी विलीन हो जांदा है। भजन दा आरंभ कल्प दा आरंभ है अते भजन दी पराकाष्ठा जिथे लक्षण विदित हुंदा है कल्प दा अंत है। जदो आवागमन दे गेड़ विच पिया एह आत्मा योनिया दे कारण भूत राग द्वेष आदि तो मुक्ति पाके अपने शाश्वत स्वरूप विच स्थिर हो जावे, श्री कृष्ण कहंदे हन कि तां ओह मेरी प्रकृति नू प्राप्त हुंदा है। जो महापुरुष प्रकृति नू विलीन करके स्वरूप विच प्रवेश पा गया उसकी प्रकृति की रही? की उस विच प्रकृति बाकी है? नहीं। अध्याय 3 दे 33वें श्लोक विच योगेश्वर श्री कृष्ण कह चुके हन कि सारे प्राणी अपनी प्रकृति नू प्राप्त हुंदे हन, जैसा उना उते अपनी प्रकृति दा दबाव है वैसा ओह करदे हन अते प्रतख दर्शन राही जानकारी प्राप्त ज्ञानी भी अपने प्रकृति अनुसार यतन करदा है। ओह बाद वालियां दे कल्याण लई करदा है। पूर्ण ज्ञानी तत् स्थित महापुरुष दी रहनी ही उसकी प्रकृति है। ओह अपने इसे स्वभाव विच वर्तदा है। कल्प दे अंत नूं लोकी महापुरुष दी
ਇਸੇ ਰਹਿਣੀ ਨੂੰ ਪ੍ਰਾਪਤ ਹੁੰਦੇ ਹਨ। ਮਹਾਪੁਰਸ਼ ਦੀ ਇਸੇ ਕਰਨੀ ਉੱਤੇ ਉਹ ਫੇਰ ਪ੍ਰਕਾਸ਼ ਪਾਉਂਦੇ ਹਨ। प्रकृतिं स्वामवष्टभ्य विसृजामि पुनः पुनः भूतग्राममिमं कृत्स्नम् अवशं प्रकृतेर्वशात्। अपनी प्रकृति अर्थात महापुरुष की रहनी स्वीकार करके अपने अपने स्वभाव विच स्थित ਪ੍ਰਕਿਰਤੀ ਦੇ ਗੁਣਾਂ ਨਾਲ ਪਰਵਸ ਹੋਏ ਇਹਨਾਂ ਸਾਰੇ ਭੂਤਾਂ ਪ੍ਰਾਣੀਆਂ ਦੇ ਸਮੂਹ ਦਾ ਮੈਂ ਬਾਰੰਬਾਰ ਵਿਸਿਰਜਾਮੀ ਵਿਸ਼ੇਸ਼ ਸਿਰਜਨ ਕਰਦਾ ਹਾਂ, ਵਿਸ਼ੇਸ਼ ਰੂਪ ਨਾਲ ਸਜਾਉਂਦਾ ਹਾਂ। ਇਹਨਾਂ ਨੂੰ ਆਪਣੇ ਅਰਥਾਤ ਦੇਵੀ ਸਵਰੂਪ ਵੱਲ ਵਧਣ ਲਈ ਪ੍ਰੇਰਦਾ ਹਾਂ, ਤਾਂ ਕਿ ਤੁਸੀਂ ਅਰਥਾਤ ਸ਼੍ਰੀ ਕ੍ਰਿਸ਼ਨ ਕਰਮ ਨਾਲ ਬੰਨੇ ਹੋਏ ਹੋ। ਨ ਚ ਮਾਂ ਤਾਨਿ ਕਰਮਾਣਿ ਨਿਬਧਨਂਤਿ ਧਨੰਜਯ ਉਦਾਸੀਨ ਵਦਾਸੀਨਮ ਅਸਕਤਮ ਤੇਸ਼ੁ ਕਰਮਸੁ। ਅਧਿਆਇ 4 ਦੇ 9ਵੇਂ ਸ਼ਲੋਕ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਕਿਹਾ ਸੀ ਕਿ ਮਹਾਪੁਰਸ਼ ਦੀ ਕਾਰਜ ਪ੍ਰਣਾਲੀ ਅਲੌਕਿਕ ਹੈ। ਅਧਿਆਇ 9 ਦੇ 4ਵੇਂ ਸ਼ਲੋਕ ਵਿੱਚ ਦੱਸਿਆ ਕਿ ਮੈਂ ਅਵਿਅਕਤ ਰੂਪ ਨਾਲ ਕਾਰਜ ਕਰਦਾ ਹਾਂ। ਇੱਥੇ ਵੀ ਇਹੋ ਕਹਿੰਦੇ ਹਨ ਕਿ ਧਨੰਜੇ, ਜਿਹੜੇ ਕਰਮਾਂ ਨੂੰ ਮੈਂ ਅਦ੍ਰਿਸ਼ ਰੂਪ ਨਾਲ ਕਰਦਾ ਹਾਂ, ਉਹਨਾਂ ਵਿੱਚ ਮੇਰੀ ਆਸਕਤੀ ਨਹੀਂ ਹੈ। ਉਦਾਸੀਨ ਅਰਥਾਤ ਨਿਰਲੇਪ ਸਥਿਤੀ ਵਿੱਚ ਰਹਿਣ ਵਾਲੇ ਮੇਰੇ ਪਰਮਾਤਮ ਸਵਰੂਪ ਨੂੰ ਉਹ ਕਰਮ ਬੰਨ ਨਹੀਂ ਸਕਦੇ, ਕਿਉਂਕਿ ਕਰਮ ਦੇ ਪਰਿਣਾਮ ਵਿੱਚ ਜੋ ਲਕਸ਼ ਪ੍ਰਾਪਤੀ ਹੁੰਦੀ ਹੈ ਉਸ ਵਿੱਚ ਮੈਂ ਸਥਿਤ ਹਾਂ। ਇਸ ਲਈ ਉਹਨਾਂ ਨੂੰ ਕਰਨ ਲਈ ਮੈਂ ਮਜਬੂਰ ਨਹੀਂ ਹਾਂ। ਇਹ ਤਾਂ ਸੁਭਾਵ ਨਾਲ ਜੁੜੀ ਪ੍ਰਕਿਰਤੀ ਦੇ ਕਾਰਜ ਦਾ ਪ੍ਰਸ਼ਨ ਸੀ। ਮਹਾਪੁਰਸ਼ ਦੀ ਰਹਿਣੀ ਸੀ, ਉਹਨਾਂ ਦੀ ਰਚਨਾ ਸੀ। ਹੁਣ ਮੇਰੇ ਪ੍ਰਪੰਚ ਨਾਲ ਮਾਇਆ ਜੋ ਰਚਦੀ ਹੈ ਉਹ ਕੀ ਹੈ? ਉਹ ਵੀ ਇੱਕ ਕਲਪ ਹੈ। ਮਾਯਾਧਿਅਕਸ਼ੇਣ ਪ੍ਰਕ੍ਰਿਤੀ ਸੂਯਤੇ ਸਚਰਾਚਰਮ ਹੇਤੁਨਾਨੇਨ ਕੌਂਤੇਯ ਜਗਤ ਵਿਪਰਿਵਰਤਤੇ। ਅਰਜੁਨ, ਮੇਰੀ ਪ੍ਰਧਾਨਗੀ ਵਿੱਚ ਅਰਥਾਤ ਮੇਰੀ ਮੌਜੂਦਗੀ ਵਿੱਚ ਸਰਬ ਥਾਈ ਵਿਆਪਤ ਮੇਰੇ ਅਧਿਆਸ ਨਾਲ ਇਹ ਮਾਇਆ ਚਲ ਅਚਲ ਸਹਿਤ ਸਾਰੇ ਸੰਸਾਰ ਨੂੰ ਰਚਦੀ ਹੈ, ਜੋ ਛੋਟਾ ਕਲਪ ਹੈ, ਅਤੇ ਇਸੇ ਲਈ ਇਹ ਸੰਸਾਰ ਆਵਾਗਮਨ ਦੇ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ। ਚਲ ਅਚਲ ਸਹਿਤ ਸਾਰੇ ਸੰਸਾਰ ਨੂੰ ਰਚਦੀ ਹੈ, ਜੋ ਛੋਟਾ ਕਲਪ ਹੈ, ਅਤੇ ਇਸੇ ਲਈ ਇਹ ਸੰਸਾਰ ਆਵਾਗਮਨ ਦੇ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ। ਪ੍ਰਕਿਰਤੀ ਦਾ ਇਹ ਤੁੱਛ ਕਲਪ
ਜਿਸ ਵਿੱਚ ਕਾਲ ਦਾ ਪਰਿਵਰਤਨ ਹੈ, ਮੇਰੇ ਅਧਿਆਸ ਨਾਲ ਪ੍ਰਕਿਰਤੀ ਹੀ ਕਰਦੀ ਹੈ, ਮੈਂ ਨਹੀਂ ਕਰਦਾ। ਪਰ 7ਵੇਂ ਸ਼ਲੋਕ ਦਾ ਕਲਪ ਆਰਾਧਨਾ ਦੇ ਸੰਚਾਰ ਅਤੇ ਪੂਰਨਤਾ ਕਾਲ ਤੱਕ ਮਾਰਗ ਦਰਸ਼ਨ ਵਾਲਾ ਕਲਪ ਮਹਾਪੁਰਸ਼ ਆਪ ਕਰਦੇ ਹਨ। ਇੱਕ ਥਾਂ ਤੇ ਉਹ ਆਪ ਕਰਤਾ ਹਨ ਜਿੱਥੇ ਉਹ ਵਿਸ਼ੇਸ਼ ਰੂਪ ਨਾਲ ਸਿਰਜਨ ਕਰਦੇ ਹਨ। ਇੱਥੇ ਕਰਤਾ ਪ੍ਰਕਿਰਤੀ ਹੈ ਜੋ ਮੇਰੇ ਆਭਾਸ ਅਰਥਾਤ ਬਹਾਨੇ ਨਾਲ ਇਹ ਤੁੱਛ ਪਰਿਵਰਤਨ ਕਰਦੀ ਹੈ, ਜਿਸ ਵਿੱਚ ਸਰੀਰਾਂ ਦਾ ਪਰਿਵਰਤਨ, ਕਾਲ ਦਾ ਪਰਿਵਰਤਨ, ਯੁੱਗ ਦਾ ਪਰਿਵਰਤਨ ਆਦਿ ਆਉਂਦੇ ਹਨ। ਐਸਾ ਵਿਆਪਕ ਪ੍ਰਭਾਵ ਹੋਣ ਤੇ ਵੀ ਮੂੜ ਲੋਕੀ ਮੈਨੂੰ ਨਹੀਂ ਜਾਣਦੇ, ਜਿਵੇਂ ਅਵਜਾਨੰਤਿ ਮਾਂ ਮੂੜਾ ਮਾਨੁਸ਼ੀਂ ਤਨੁਮਾਸ਼੍ਰਿਤੰ ਪਰਮ ਭਾਵਮਜਾਨੰਤੋ ਮਮ ਭੂਤ ਮਹੇਸ਼ਵਰਮ। ਸਾਰੇ ਪ੍ਰਾਣੀਆਂ ਦੇ ਮਹਾਨ ਈਸ਼ਵਰ ਰੂਪ ਮੇਰੇ ਪਰਮ ਭਾਵ ਨੂੰ ਨਾ ਜਾਣਨ ਵਾਲੇ ਮੂੜ ਲੋਕ ਮੈਨੂੰ ਮਨੁੱਖ ਸਰੀਰ ਦੇ ਆਧਾਰ ਵਾਲਾ ਅਤੇ ਤੁੱਛ ਸਮਝਦੇ ਹਨ। ਉਸ ਪਰਮ ਭਾਵ ਵਿੱਚ ਮੈਂ ਸਥਿਤ ਹਾਂ, ਪਰ ਹਾਂ ਮਨੁੱਖ ਸਰੀਰਧਾਰੀ ਮੂੜ ਲੋਕੀ ਇਹ ਨਹੀਂ ਜਾਣਦੇ। ਉਹ ਮੈਨੂੰ ਮਨੁੱਖ ਕਹਿ ਕੇ ਸੰਬੋਧਿਤ ਕਰਦੇ ਹਨ, ਉਹਨਾਂ ਦਾ ਦੋਸ਼ ਵੀ ਕੀ ਹੈ? ਜਦ ਉਹ ਵੇਖਦੇ ਹਨ ਤਾਂ ਮਹਾਂਪੁਰਸ਼ ਦਾ ਸਰੀਰ ਹੀ ਨਜ਼ਰ ਆਉਂਦਾ ਹੈ। ਕਿਵੇਂ ਉਹ ਸਮਝਣ ਕਿ ਤੁਸੀਂ ਮਹਾਨ ਈਸ਼ਵਰ ਭਾਵ ਵਿੱਚ ਸਥਿਤ ਹੋ? ਉਹ ਕਿਉਂ ਨਹੀਂ ਵੇਖ ਸਕਦੇ? ਇਸ ਤੇ ਉਹ ਕਹਿੰਦੇ ਹਨ, ਮੋਘਾਸ਼ਾ ਮੋਘ ਕਰਮਾਣੋ ਮੋਘ ਗਿਆਨਾ ਵਿਚੇਤਸ ਰਾਕਸ਼ਸੀ ਮਾਸੁਰੀਂ ਚੈਵ ਪ੍ਰਕ੍ਰਿਤਿਂ ਮੋਹਿਨੀਂ ਸ਼੍ਰਿਤਾ। ਉਹ ਬਿਰਥੀ ਆਸ਼ਾ, ਬਿਰਥਾ ਕਰਮ, ਬਿਰਥਾ ਗਿਆਨ ਜੋ ਦਰਸਲ ਅਗਿਆਨ ਹੈ, ਵਿਚੇਤ ਸਹ ਵਿਸ਼ੇਸ਼ ਰੂਪ ਨਾਲ ਅਚੇਤ ਹੋਏ ਰਾਕਸ਼ਸਾਂ ਅਤੇ ਅਸੁਰਾਂ ਵਾਂਗ ਮੋਹਿਤ ਹੋਣ ਵਾਲੇ ਸੁਭਾਵ ਨੂੰ ਧਾਰਨ ਕੀਤੇ ਹੋਏ ਹੁੰਦੇ ਹਨ, ਅਰਥਾਤ ਆਸਰੀ ਸੁਭਾਵ ਵਾਲੇ ਹੁੰਦੇ ਹਨ। ਇਸ ਲਈ ਮੈਨੂੰ ਮਨੁੱਖ ਸਮਝਦੇ ਹਨ। ਅਸੁਰ ਅਤੇ ਰਾਕਸ਼ਸ ਮਾਨਵ ਮਨ ਦਾ ਇੱਕ ਸੁਭਾਵ ਹੁੰਦਾ ਹੈ, ਕੋਈ ਜਾਤੀ ਜਾਂ ਜੂਨ ਨਹੀਂ। ਆਸੁਰੀ ਸੁਭਾਵ ਵਾਲੇ ਮੈਨੂੰ ਨਹੀਂ ਜਾਣ ਸਕਦੇ, ਪਰ ਮਹਾਤਮਾ ਜਨ ਮੈਨੂੰ ਜਾਣਦੇ ਅਤੇ ਸਿਮਰਦੇ ਹਨ। ਮਹਾਤਮਾਨਸਤੁ ਮਾਂ ਪਾਰਥ ਦੈਵੀਂ ਪ੍ਰਕ੍ਰਿਤਿਮਾਸ਼੍ਰਿਤਾਃ ਭਜਂਤ੍ਯਨਨ੍ਯਮਨਸੋ ਜ੍ਞਾਤ੍ਵਾ ਭੂਤਾਦਿਮੌ ਵਯਮ। ਹੇ ਪਾਰਥ, ਪਰ ਦੈਵੀ ਪ੍ਰਕ੍ਰਿਤੀ
ਅਰਥਾਤ ਦੈਵੀ ਸੰਪਤੀ ਦੇ ਆਸਰੇ ਹੋਏ ਮਹਾਤਮਾ ਮੈਨੂੰ ਸਾਰੇ ਭੂਤਾਂ ਦਾ ਆਦਿ ਕਾਰਨ ਅਵਿਅਕਤ ਅਤੇ ਅਖਰ ਜਾਣ ਕੇ ਅਨੰਨੇ ਮਨ ਨਾਲ ਅਰਥਾਤ ਮਨ ਵਿੱਚ ਕਿਸੇ ਹੋਰ ਨੂੰ ਨਾ ਲਿਆਉਂਦੇ ਹੋਏ ਕੇਵਲ ਮੇਰੇ ਵਿੱਚ ਸ਼ਰਧਾ ਰੱਖ ਕੇ ਨਿਰੰਤਰ ਮੈਨੂੰ ਭਜਦੇ ਹਨ। ਕਿਸ ਤਰ੍ਹਾਂ ਭਜਦੇ ਹਨ ਇਸ ਤੇ ਦੱਸਿਆ ਹੈ। ਸਤਤਂ ਕੀਰਤਯਂਤੋ ਮਾਂ ਯਤੰਤਸ੍ਚ ਦ੍ਰਿਢਵ੍ਰਤਾਃ ਨਮਸ੍ਯੰਤਸ੍ਚ ਮਾਂ ਭਕ੍ਤ੍ਯਾ ਨਿਤ੍ਯਯੁਕ੍ਤਾ ਉਪਾਸਤੇ। ਉਹ ਨਿਰੰਤਰ ਚਿੰਤਨ ਦੇ ਵਰਤ ਵਿੱਚ ਅਚਲ ਰਹਿੰਦੇ ਹੋਏ ਮੇਰੇ ਗੁਣਾਂ ਦਾ ਚਿੰਤਨ ਕਰਦੇ ਹਨ, ਪ੍ਰਾਪਤੀ ਦੇ ਯਤਨ ਕਰਦੇ ਹਨ ਅਤੇ ਮੈਨੂੰ ਬਾਰੰਬਾਰ ਨਮਸਕਾਰ ਕਰਦੇ ਹੋਏ ਸਦਾ ਮੇਰੇ ਨਾਲ ਸੰਯੁਕਤ ਹੋ ਕੇ ਅਨੰਨਿਯ ਭਗਤੀ ਨਾਲ ਮੇਰੀ ਉਪਾਸਨਾ ਕਰਦੇ ਹਨ, ਇੱਕ ਸਾਰ ਲੱਗੇ ਰਹਿੰਦੇ ਹਨ। ਕਿਹੜੀ ਉਪਾਸਨਾ ਕਰਦੇ ਹਨ, ਕੀ ਹੈ ਉਸ ਦਾ ਸਵਰੂਪ? ਤਾਂ ਕਿਹਾ ਕਿ ਕੋਈ ਹੋਰ ਉਪਾਸਨਾ ਨਹੀਂ ਸਗੋਂ ਉਹੀ ਯੱਗ ਜਿਸ ਨੂੰ ਵਿਸਤਾਰ ਪੂਰਵਕ ਦੱਸ ਆਏ ਹਾਂ। ਉਸੇ ਆਰਾਧਨਾ ਨੂੰ ਇੱਥੇ ਸੰਖੇਪ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੁਹਰਾ ਰਹੇ ਹਨ। ਗਿਆਨ ਯੱਗੇਨ ਚਾਪਿਅਨੇ ਯਜੰਤੋ ਮਾਂ ਉਪਾਸਤੇ ਏਕਤ੍ਵੇਨ ਪ੍ਰਿਥਕ੍ਵੇਨ ਬਹੁਧਾ ਵਿਸ਼ਵਤੋ ਮੁਖਮ। ਉਹਨਾਂ ਵਿੱਚੋਂ ਕੋਈ ਤਾਂ ਮੇਰੇ ਸਰਵਵਿਆਪੀ ਵਿਰਾਟ ਪਰਮਾਤਮਾ ਰੂਪ ਦੀ ਗਿਆਨ ਯੱਗ ਰਾਹੀਂ ਉਪਾਸਨਾ ਕਰਦੇ ਹਨ, ਅਰਥਾਤ ਆਪਣੀ ਲਾਭ ਹਾਨੀ ਅਤੇ ਸ਼ਕਤੀ ਨੂੰ ਸਮਝ ਕੇ ਇਸੇ ਨਿਯਤ ਕਰਮ ਯੱਗ ਵਿੱਚ ਪ੍ਰਵਿਰਤ ਹੁੰਦੇ ਹਨ। ਕੁਝ ਏਕਾ ਭਾਵ ਨਾਲ ਮੇਰੀ ਉਪਾਸਨਾ ਕਰਦੇ ਹਨ ਕਿ ਮੈਨੂੰ ਇਸੇ ਵਿੱਚ ਇੱਕ ਹੋ ਜਾਣਾ ਹੈ, ਅਤੇ ਦੂਜੇ ਸਭ ਕੁਝ ਵੱਖ ਕਰਕੇ ਮੈਨੂੰ ਸਮਰਪਿਤ ਹੋ ਕੇ ਨਿਸ਼ਕਾਮ ਸੇਵਾ ਭਾਵ ਨਾਲ ਮੇਰੀ ਉਪਾਸਨਾ ਕਰਦੇ ਹਨ ਅਤੇ ਅਨੇਕ ਪੱਧਰਾਂ ਉੱਤੇ ਉਪਾਸਨਾ ਕਰਦੇ ਹਨ, ਕਿਉਂਕਿ ਇੱਕ ਹੀ ਯੱਗ ਦੇ ਉੱਚੇ ਨੀਵੇਂ ਬੜੇ ਪੱਧਰ ਹਨ। ਯੱਗ ਦਾ ਆਰੰਭ ਸੇਵਾ ਤੋਂ ਹੀ ਹੁੰਦਾ ਹੈ, ਪਰ ਉਸਨੂੰ ਪੂਰਾ ਕਿਵੇਂ ਕੀਤਾ ਜਾਂਦਾ ਹੈ? ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਯੱਗ ਮੈਂ ਕਰਦਾ ਹਾਂ। ਜੇ ਮਹਾਪੁਰਸ਼ ਰਥੀ ਨਾ ਹੋਵੇ ਤਾਂ ਯੱਗ ਪਾਰ ਨਹੀਂ ਲੱਗੇਗਾ। ਉਹਨਾਂ ਦੇ ਹੀ ਮਾਰਗ ਦਰਸ਼ਨ ਰਾਹੀਂ ਸਾਧਕ ਸਮਝ ਪਾਉਂਦਾ ਹੈ ਕਿ ਹੁਣ ਕਿਹੜੇ ਪੱਧਰ ਤੇ ਹੈ, ਕਿੱਥੇ ਤੱਕ ਪਹੁੰਚਿਆ ਹੈ, ਦਰਅਸਲ ਯੱਗ ਕਰਤਾ ਕੌਣ ਹੈ। ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਅਹਂ ਕ੍ਰਤੁਰਹਂ ਯਜ੍ਞਃ ਸਵਧਾਹਮਹਮੌਸ਼ਧਮ ਮੰਤ੍ਰੋਹਮਹਮੇਵਾਜ੍ਯਮ
अहम अग्निरहम हुतम। करता मैं हाँ, दरअसल करता दे पिछे प्रेरक दे रूप विच सदा संचालित करण वाला इष्ट ही है। कर्ता द्वारा जो भी पार पाया जांदा है मेरी देन है। यज्ञ मैं हाँ, यज्ञ आराधना दी विधि विशेष है। पूर्ति काल विच यज्ञ जिस दी सृष्टि करदा है उस अमृत दा पान करण वाला पुरुष सनातन ब्रह्म विच प्रवेश पा जांदा है। श्रद्धा मैं हाँ, अर्थात अतीत दे अनंत संस्कारां नूं विलीन करना, उन्हां नूं तृप्त करना मेरी देन है। ਭਾਵ ਰੋਗ ਨੂੰ ਮਿਟਾਉਣ ਵਾਲੀ ਔਸ਼ਧੀ ਮੈਂ ਹਾਂ। ਮੈਨੂੰ ਪਾ ਕੇ ਲੋਕ ਰੋਗ ਤੋਂ ਮੁਕਤ ਹੋ ਜਾਂਦੇ ਹਨ। ਮੰਤਰ ਮੈਂ ਹਾਂ, ਮਨ ਦਾ ਸਵਾਸ ਦੇ ਅੰਤਰਾਲ ਵਿੱਚ ਨਿਰੋਧ ਕਰਨਾ ਮੇਰੀ ਦੇਣ ਹੈ। ਅੱਜ ਅਰਥਾਤ ਹਵਨ ਸਮੱਗਰੀ ਵੀ ਮੈਂ ਹਾਂ। ਅਗਨੀ ਮੈਂ ਹਾਂ, ਮੇਰੇ ਹੀ ਪ੍ਰਕਾਸ਼ ਵਿੱਚ ਮਨ ਦੀਆਂ ਸਾਰੀਆਂ ਪ੍ਰਵਿਰਤੀਆਂ ਲੀਨ ਹੁੰਦੀਆਂ ਹਨ ਅਤੇ ਹਵਨ ਅਰਥਾਤ ਸਮਰਪਣ ਵੀ ਮੈਂ ਹੀ ਹਾਂ। ਇੱਥੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਬਾਰ ਬਾਰ ਮੈਂ ਹਾਂ ਕਹਿ ਰਹੇ ਹਨ। ਇਸ ਦਾ ਭਾਵ ਮਾਤਰ ਇਤਨਾ ਹੈ ਕਿ ਮੈਂ ਹੀ ਪ੍ਰੇਰਕ ਦੇ ਰੂਪ ਵਿੱਚ ਆਤਮਾ ਤੋਂ ਅਭਿੰਨ ਹੋ ਕੇ ਖੜਾ ਹੋ ਜਾਂਦਾ ਹਾਂ ਅਤੇ ਨਿਰੰਤਰ ਫੈਸਲਾ ਦਿੰਦੇ ਹੋਏ ਯੋਗ ਕ੍ਰਿਆ ਪੂਰੀ ਕਰਾਉਂਦਾ ਹਾਂ। ਇਸੇ ਦਾ ਨਾਮ ਵਿਗਿਆਨ ਹੈ। ਪੂਜੇ ਮਹਾਰਾਜ ਜੀ ਕਿਹਾ ਕਰਦੇ ਸਨ, ਜਦ ਤੱਕ ਇਸ਼ਟ ਦੇਵ ਰੱਥੀ ਹੋ ਕੇ ਸਵਾਸ ਪ੍ਰਸਵਾਸ ਉੱਤੇ ਰੋਕਥਾਮ ਨਾ ਕਰਨ ਲੱਗਣ ਤਦ ਤੱਕ ਭਜਨ ਆਰੰਭ ਹੀ ਨਹੀਂ ਹੁੰਦਾ। ਕੋਈ ਲੱਖ ਅੱਖਾਂ ਮਿੱਟੇ, ਭਜਨ ਕਰੇ, ਸਰੀਰ ਨੂੰ ਤਪਾ ਸੁੱਟੇ, ਪਰ ਜਦ ਤੱਕ ਜਿਸ ਪਰਮਾਤਮਾ ਦੀ ਸਾਨੂੰ ਚਾਹ ਹੈ ਉਹ ਜਿਸ ਪੱਧਰ ਤੇ ਅਸੀਂ ਖੜੇ ਹਾਂ ਉਸ ਪੱਧਰ ਤੋਂ ਉੱਤਰ ਕੇ ਆਤਮਾ ਨਾਲੋਂ ਅਭਿੰਨ ਹੋ ਕੇ ਜਾਗ੍ਰਿਤ ਨਹੀਂ ਹੋ ਜਾਂਦਾ ਤਦ ਤੱਕ ਸਹੀ ਢੰਗ ਨਾਲ ਭਜਨ ਦਾ ਸਵਰੂਪ ਸਮਝ ਵਿੱਚ ਨਹੀਂ ਆਉਂਦਾ। ਇਸੇ ਲਈ ਮਹਾਰਾਜ ਜੀ ਕਹਿੰਦੇ ਸਨ, ਮੇਰੇ ਸਵਰੂਪ ਨੂੰ ਪਕੜੋ, ਮੈਂ ਸਭ ਦੇਵਾਂਗਾ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਸਭ ਮੇਰੇ ਰਾਹੀਂ ਹੁੰਦਾ ਹੈ। ਪਿਤਾਹਮਸਯ ਜਗਤੋ ਮਾਤਾ ਧਾਤਾ ਪਿਤਾਮਹ ਵੇਦਯਮ ਪਵਿੱਤਰਮੋਂਕਾਰ ਰਿਕਸਾਮ ਯਜੁਰੇਵ ਚ। ਅਰਜੁਨ, ਮੈਂ ਹੀ ਸਾਰੇ ਜਗਤ ਦਾ ਧਾਤਾ ਅਰਥਾਤ ਧਾਰਨ ਕਰਨ ਵਾਲਾ, ਪਿਤਾ ਅਰਥਾਤ ਪਾਲਨ ਕਰਨ ਵਾਲਾ, ਮਾਤਾ ਅਰਥਾਤ ਪੈਦਾ ਕਰਨ ਵਾਲਾ, ਪਿਤਾਮਹ ਅਰਥਾਤ ਮੂਲ ਸਰੋਤ ਹਾਂ ਜਿਸ ਵਿੱਚ ਸਾਰੇ ਪ੍ਰਵੇਸ਼ ਪਾਉਂਦੇ ਹਨ। ਜਾਣਨ ਯੋਗ ਪਵਿੱਤਰ ਓਮਕਾਰ ਅਰਥਾਤ ਅਹਮ ਆਕਾਰ ਇਤਿ ਓਂਕਾਰ, ਉਹ ਪਰਮਾਤਮਾ ਮੇਰੇ ਸਵਰੂਪ ਵਿੱਚ ਹੈ। ਸੋਹਮ ਤੱਤਵਮਸੀ ਆਦਿ ਇੱਕ ਦੂਜੇ ਦੇ ਸਮਾਨਾਰਥਕ ਹਨ। ਐਸਾ ਜਾਣਨ ਯੋਗ ਸਵਰੂਪ ਮੈਂ ਹੀ ਹਾਂ। ਰਿਕ ਅਰਥਾਤ ਸੰਪੂਰਨ ਪ੍ਰਾਰਥਨਾ,
साम अर्थात समता दिवाउण वाली प्रक्रिया यजु अर्थात यज्ञ करन दी विधि विशेष भी मैं ही हाँ। योग अनुष्ठान दे उपरोक्त तीनों जरूरी अंग मेरे राही हुंदे हन। गतिर्भरता प्रभु साक्षी निवास शरणं सुहृत् प्रभव प्रलय स्थानम् निधानम् बीजमव्ययम्। हे अर्जुन, गति अर्थात प्राप्त होन योग परम गति, भरता अर्थात परण पोषण जां पालन पोषण करण वाला शब्द स्वामी, साक्षी अर्थात दृष्टा रूप विच स्थित सबनु जानन वाला, सारे वास्थान शरण लैण योग अकारण प्रेमी मित्र, उत्पत्ति अते परलय अर्थात शुभ अशुभ संस्कारा नु विलीन करण वाला अविनाशी कारण मैं ही हाँ, अर्थात अंत नू जिना विच प्रवेश मिलता है ओह सारियां विभूतियां अर्थात श्रेष्ठतावा मैं ही हाँ। तपाम्यहमहम वर्षम निगृह्णाम्युत्सृजामि च अमृतम चैव मृत्युश्च सदसच्चाहमर्जुन। मैं सूरज दे रूप विच तपदा हां, बारिश नू आकर्षित करदा हां, मृत्यु तो परे अमृत तत्व अते मौत सत्य अते असत्य सब कुछ मैं ही हां, अर्थात जो परम प्रकाश देंदा है ओह सूरज मैं ही हां। कदे कदे सिमरन करन वाले मैनू असत्य भी मान लेंदे हन, ओह मौत नू प्राप्त हुंदे हन। इस तरह ओह कहंदे हन, त्रै विद्या माम सोम पा पूत पापा यज्ञैरिष्ट्वा स्वर्गतिं प्रार्थयन्ते ते पुण्यमासाद्य सुरेन्द्रलोकम् अश्नन्ति दिव्यां दिवि देव भोगा। आराधना विद्या दे तिन्नो अंग रिक साम अते यजु अर्थात प्रार्थना समता दी प्रक्रिया अते यज्ञ विधि दा आचरण करण वाले सोम अर्थात चंद्रमा दे मंद प्रकाश नू पाउण वाले पाप तो मुक्त होके पवित्र होए पुरुष उसे यज्ञ दी नियत प्रक्रिया द्वारा मैनू इष्ट रूप विच पूज के स्वर्ग प्राप्ति लई प्रार्थना करदे हन, एहो असत्य दी कामना है। इस नाल ओह मौत नू प्राप्त हुंदे हन, उन्हां दा पुनर्जन्म हुंदा है। जिवें कि पिछले श्लोक विच योगेश्वर ने दस्या है ओह पूजदे मैनू ही हन, उसे नियत विधि नाल पूजदे हन पर बदले विच स्वर्ग दी याचना करदे हन। ओह पुरुष
ਆਪਣੇ ਪੁੰਨ ਦੇ ਫਲ ਸਵਰੂਪ ਇੰਦਰ ਲੋਕ ਨੂੰ ਪ੍ਰਾਪਤ ਹੋ ਕੇ ਸਵਰਗ ਵਿੱਚ ਦੇਵਤਿਆਂ ਦੇ ਅਲੌਕਿਕ ਭੋਗ ਭੋਗਦੇ ਹਨ, ਅਰਥਾਤ ਇਹ ਭੋਗ ਵੀ ਮੈਂ ਹੀ ਦਿੰਦਾ ਹਾਂ। ਤੇ ਤਮ ਭੁਕਤਵਾ ਸਵਰਗ ਲੋਕਮ ਵਿਸ਼ਾਲਮ ਕਸ਼ੀਣੇ ਪੁਣ੍ਯੇ ਮਰਤ੍ਯ ਲੋਕਮ ਵਿਸ਼ੰਤਿ ਏਵੰ ਤ੍ਰੈ ਧਰਮ ਮਨੁ ਪ੍ਰਪੰਨਾ ਗਤਾਗਤਮ ਕਾਮ ਕਾਮਾ ਲਭੰਤੇ। ਉਹ ਉਸ ਵਿਸ਼ਾਲ ਸਵਰਗ ਨੂੰ ਭੋਗ ਕੇ ਪੁੰਨ ਘਟ ਜਾਣ ਤੇ ਮ੍ਰਿਤੂ ਲੋਕ ਅਰਥਾਤ ਜਨਮ ਮਰਨ ਨੂੰ ਪ੍ਰਾਪਤ ਹੁੰਦੇ ਹਨ। ਇਸ ਤਰ੍ਹਾਂ ਤ੍ਰੈ ਧਰਮਮ ਪ੍ਰਾਰਥਨਾ, ਸਮਤਾ ਅਤੇ ਯੱਗ ਕਰਨ ਦੀਆਂ ਤਿੰਨੋ ਵਿਧੀਆਂ ਨਾਲ ਇੱਕੋ ਯੱਗ ਦਾ ਅਨੁਸ਼ਠਾਨ ਕਰਨ ਵਾਲੇ ਮੇਰੀ ਸ਼ਰਨ ਹੋਏ ਵੀ ਕਾਮਨਾ ਵਾਲੇ ਪੁਰਸ਼ ਮੁੜ ਆਉਣ ਜਾਣ ਨੂੰ ਅਰਥਾਤ ਪੁਨਰ ਜਨਮ ਨੂੰ ਪ੍ਰਾਪਤ ਹੁੰਦੇ ਹਨ, ਪਰ ਉਹਨਾਂ ਦਾ ਮੂਲ ਨਾਸ਼ ਕਦੇ ਨਹੀਂ ਹੁੰਦਾ, ਕਿਉਂਕਿ ਇਸ ਮਾਰਗ ਵਿੱਚ ਬੀਜ ਦਾ ਨਾਸ਼ ਨਹੀਂ ਹੁੰਦਾ ਅਤੇ ਕਿਸੇ ਪ੍ਰਕਾਰ ਦੀ ਕਾਮਨਾ ਨਹੀਂ ਕਰਨੀ ਚਾਹੀਦੀ। ਜੋ ਕਿਸੇ ਪ੍ਰਕਾਰ ਦੀ ਕਾਮਨਾ ਨਹੀਂ ਕਰਦੇ ਉਹਨਾਂ ਨੂੰ ਕੀ ਮਿਲਦਾ ਹੈ? ये जना पर्युपासते तेषां नित्याभियुक्तानां योगक्षेमं वहाम्यहम्। अनन्य भाव नाल मेरे विच स्थित भगत जन मेरे परमात्मा स्वरूप दा निरंतर चिंतन करदे हन, पर्युपासते लेश मात्र भी त्रुटि ना रख के मेरी उपासना करते हैं। ऐसे नित एका भाव नाल संयुक्त हुए पुरुषों का कुशल मंगल मैं आप करता हाँ, अर्थात उनके योग की सुरक्षा की सारी जिम्मेवारी मैं अपने हाथ विच लेंदा हाँ। इतना होने ते भी लोकी होर देवत्यां नू सिमरदे हन। ये प्यन्य देवता भक्ता यजन्ते श्रद्धयान्विता तेपि मामेव कौन्तेय यजन्त्यविधिपूर्वकम्। हे कौन्तेय, श्रद्धा नाल युक्त होके जो भगत होर देवत्यां नू पूजदे हन ਉਹ ਵੀ ਮੈਨੂੰ ਹੀ ਪੂਜਦੇ ਹਨ, ਕਿਉਂਕਿ ਉੱਥੇ ਦੇਵਤਾ ਨਾਂ ਦੀ ਕੋਈ ਚੀਜ਼ ਤਾਂ ਹੁੰਦੀ ਨਹੀਂ, ਪਰ ਉਹਨਾਂ ਦਾ ਉਹ ਪੂਜਨ ਅਵਿਧੀ ਪੂਰਵਕ ਹੈ, ਮੇਰੀ ਪ੍ਰਾਪਤੀ ਦੀ ਵਿਧੀ ਤੋਂ ਰਹਿਤ ਹੈ। ਇੱਥੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਦੂਜੀ ਵਾਰ ਦੇਵਤਿਆਂ ਦੇ ਪ੍ਰਸੰਗ ਨੂੰ ਲਿਆ ਹੈ। ਸਭ ਤੋਂ ਪਹਿਲਾਂ ਅਧਿਆਇ 7 ਦੇ 20ਵੇਂ ਤੋਂ 23ਵੇਂ ਸ਼ਲੋਕ ਤੱਕ ਉਹਨਾਂ ਨੇ ਕਿਹਾ ਕਿ ਅਰਜੁਨ ਕਾਮਨਾਵਾਂ ਰਾਹੀਂ ਜਿਨ੍ਹਾਂ ਦੇ ਗਿਆਨ ਦਾ ਅਪਹਰਣ ਕਰ ਲਿਆ ਗਿਆ ਹੈ, ਐਸੇ ਮੂੜ ਬੁੱਧੀ ਪੁਰਸ਼
ਹੋਰ ਦੇਵਤਿਆਂ ਦੀ ਪੂਜਾ ਕਰਦੇ ਹਨ ਅਤੇ ਜਿੱਥੇ ਪੂਜਾ ਕਰਦੇ ਹਨ ਉੱਥੇ ਦੇਵਤਾ ਨਾਂ ਦੀ ਕਿਸੇ ਸਮਰਥ ਸੱਤਾ ਦੀ ਹੋਂਦ ਹੈ ਹੀ ਨਹੀਂ। ਪਿੱਪਲ, ਪੱਥਰ, ਭੂਤ, ਭਵਾਨੀ ਜਾਂ ਹੋਰ ਕਿਧਰੇ ਜਿੱਥੇ ਉਹਨਾਂ ਦੀ ਸ਼ਰਧਾ ਝੁੱਕ ਜਾਂਦੀ ਹੈ ਉੱਥੇ ਕੋਈ ਦੇਵਤਾ ਨਹੀਂ ਹੈ। ਮੈਂ ਹੀ ਹਰ ਥਾਂ ਤੇ ਹਾਂ। ਉਸ ਥਾਂ ਤੇ ਵੀ ਮੈਂ ਖੜਾ ਹੋ ਕੇ ਉਹਨਾਂ ਦੀ ਦੇਵ ਸ਼ਰਧਾ ਨੂੰ ਉਹਨਾਂ ਥਾਵਾਂ ਉੱਤੇ ਸਥਿਰ ਕਰਦਾ ਹਾਂ। ਮੈਂ ਹੀ ਫਲ ਦਾ ਵਿਧਾਨ ਕਰਦਾ ਹਾਂ, ਫਲ ਦਿੰਦਾ ਹਾਂ। ਫਲ ਜ਼ਰੂਰ ਮਿਲਦਾ ਹੈ ਪਰ ਉਹਨਾਂ ਦਾ ਉਹ ਫਲ ਨਾਸ਼ਵਾਨ ਹੈ। ਅੱਜ ਹੈ ਤਾਂ ਕੱਲ ਭੋਗ ਵਿੱਚ ਆ ਜਾਏਗਾ, ਨਸ਼ਟ ਹੋ ਜਾਏਗਾ, ਜਦਕਿ ਮੇਰਾ ਭਗਤ ਨਸ਼ਟ ਨਹੀਂ ਹੁੰਦਾ। ਇਸ ਲਈ ਉਹ ਮੂੜ ਬੁੱਧੀ ਜਿਨ੍ਹਾਂ ਦੇ ਗਿਆਨ ਦਾ ਅਪਹਰਣ ਹੋ ਗਿਆ ਹੈ ਉਹੀ ਹੋਰ ਦੇਵਤਿਆਂ ਦੀ ਪੂਜਾ ਕਰਦੇ ਹਨ। ਪ੍ਰਸਤੁਤ ਅਧਿਆਏ 9 ਦੇ 23ਵੇਂ ਤੋਂ 25ਵੇਂ ਸ਼ਲੋਕ ਤੱਕ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਫੇਰ ਦੁਹਰਾਉਂਦੇ ਹਨ ਕਿ ਅਰਜੁਨ ਜੋ ਸ਼ਰਧਾ ਨਾਲ ਹੋਰ ਹੋਰ ਦੇਵਤਿਆਂ ਨੂੰ ਪੂਜਦੇ ਹਨ ਉਹ ਮੈਨੂੰ ਹੀ ਪੂਜਦੇ ਹਨ, ਪਰ ਅਵਿਧੀ ਪੂਰਵਕ ਉੱਥੇ ਦੇਵਤਾ ਨਾਮ ਦੀ ਸਮਰਥ ਸੱਤਾ ਨਹੀਂ ਹੈ। ਉਹਨਾਂ ਦੀ ਪ੍ਰਾਪਤੀ ਦੀ ਵਿਧੀ ਗਲਤ ਹੈ। ਹੁਣ ਪ੍ਰਸ਼ਨ ਉੱਠਦਾ ਹੈ ਕਿ ਜਦ ਉਹ ਵੀ ਹੋਰ ਤਰੀਕਿਆਂ ਨਾਲ ਆਪ ਨੂੰ ਹੀ ਪੂਜਦੇ ਹਨ ਅਤੇ ਫਲ ਵੀ ਮਿਲਦਾ ਹੈ ਤਾਂ ਦੋਸ਼ ਕੀ ਹੈ? ਅਹੰ ਹਿ ਸਰਵਯਗਿਆਨਾਂ ਭੋਕਤਾ ਚ ਪ੍ਰਭੁਰੇਵ ਚ ਨ ਤੁ ਮਾਮ ਅਭਿਜਾਨਂਤਿ ਤਤ੍ਵੇਨਾਤਸ਼ਚਵੰਤਿ ਤੇ। ਸਾਰੇ ਯੱਗਾਂ ਦਾ ਭੋਗਤਾ ਅਰਥਾਤ ਯੱਗ ਜਿਸ ਵਿੱਚ ਵਿਲੀਨ ਹੁੰਦੇ ਹਨ, ਯੱਗ ਦੇ ਪਰਿਣਾਮ ਵਿੱਚ ਜੋ ਮਿਲਦਾ ਹੈ ਉਹ ਮੈਂ ਹਾਂ ਅਤੇ ਸੁਆਮੀ ਵੀ ਮੈਂ ਹਾਂ, ਪਰ ਉਹ ਮੈਨੂੰ ਤੱਤ ਤੋਂ ਭਲੀ ਪ੍ਰਕਾਰ ਨਹੀਂ ਜਾਣਦੇ। ਇਸ ਲਈ ਚੈਵੰਤੀ ਗਿਰਦੇ ਹਨ ਅਰਥਾਤ ਉਹ ਕਦੇ ਹੋਰ ਤੇ ਕਦੇ ਹੋਰ ਦੇਵਤਿਆਂ ਵਿੱਚ ਗਿਰਦੇ ਹਨ ਅਤੇ ਤੱਤ ਤੋਂ ਜਦ ਤੱਕ ਨਹੀਂ ਜਾਣਦੇ ਤਦ ਤੱਕ ਕਾਮਨਾਵਾਂ ਨਾਲ ਵੀ ਗਿਰਦੇ ਹਨ। ਉਹਨਾਂ ਦੀ ਗਤੀ ਕੀ ਹੈ? ਯਾਂਤਿ ਦੇਵਵ੍ਰਤਾ ਦੇਵਾਂ ਪਿਤ੍ਰੀਣ੍ਯਾਂਤਿ ਪਿਤ੍ਰਿਵ੍ਰਤਾ ਭੂਤਾਨਿ ਯਾਂਤਿ ਭੂਤੇਜਾ ਯਾਂਤਿ ਮਧਿਆਜਿਨੋਪਿ ਮਾਂ। ਅਰਜੁਨ, ਦੇਵਤਿਆਂ ਨੂੰ ਪੂਜਣ ਵਾਲੇ ਦੇਵਤਿਆਂ ਨੂੰ ਪ੍ਰਾਪਤ ਹੁੰਦੇ ਹਨ। ਦੇਵਤੇ ਤਾਂ ਬਦਲੀ ਹੋਈ ਸੱਤਾ ਹਨ, ਉਹ ਆਪਣੇ ਚੰਗੇ ਕਰਮਾਂ ਅਨੁਸਾਰ ਜੀਵਨ ਬਿਤਾਉਂਦੇ ਹਨ। ਪਿਤਰਾਂ ਨੂੰ ਪੂਜਣ ਵਾਲੇ ਪਿਤਰਾਂ ਨੂੰ ਪ੍ਰਾਪਤ ਹੁੰਦੇ ਹਨ ਅਰਥਾਤ ਅਤੀਤ ਵਿੱਚ ਉਲਝੇ ਰਹਿੰਦੇ ਹਨ। ਭੂਤਾਂ ਨੂੰ ਪੂਜਣ ਵਾਲੇ ਭੂਤ ਹੁੰਦੇ ਹਨ, ਸਰੀਰ ਧਾਰਨ ਕਰਦੇ ਹਨ ਅਤੇ ਮੇਰਾ ਭਗਤ ਮੈਨੂੰ ਪ੍ਰਾਪਤ ਹੁੰਦਾ ਹੈ। ਉਹ ਮੇਰੇ ਸਾਖਿਆਤ ਸਵਰੂਪ ਹੁੰਦੇ ਹਨ, ਉਹਨਾਂ ਦਾ ਪਤਨ ਨਹੀਂ ਹੁੰਦਾ। ਇਤਨਾ ਹੀ ਨਹੀਂ, ਮੇਰੀ ਪੂਜਾ ਦਾ ਵਿਧਾਨ ਵੀ ਆਸਾਨ ਹੈ।
पत्रं पुष्पं फलं तोयं यो मे भक्त्या प्रयच्छति तदहं भक्त्युपहृतम् अश्नामि प्रयतात्मनः। भक्ति दा आरंभ इत्थों ही है कि पत्ते फूल फल जल आदि जो कोई मैनू श्रद्धा नाल अर्पित करता है उस मन नाल यतन करन वाले भगत दा ਉਹ ਸਭ ਮੈਂ ਖਾਂਦਾ ਹਾਂ ਅਰਥਾਤ ਸਵੀਕਾਰ ਕਰਦਾ ਹਾਂ। ਇਸ ਲਈ ਯਤ ਕਰੋਸ਼ੀ ਯਦਸ਼ਨਾਸੀ ਯਜੁਹੋਸ਼ੀ ਦਦਾਸੀ ਯਤ ਯਤ ਤਪਸਿਸੀ ਕੌਂਤੇਯ ਤਤ ਕੁਰੁਸ਼ਵ ਮਦਰਪਣਮ। ਅਰਜੁਨ, ਤੂੰ ਜੋ ਕਰਮ ਕਰਦਾ ਹੈ, जो खांदा है, जो हवन करता है, समर्पण करता है, दान देंदा है, मन सहित इंद्रिया नू जो मेरे अनुरूप तपौंदा है, ओह मैनू अर्पण कर, अर्थात मेरे प्रति समर्पित होके एह सब कर। समर्पण करन नाल योग दे खेतर दी जिम्मेवारी मैं ले लवांगा। शुभाशुभ फलैरेवं मोक्ष्यसे कर्म बंधनैः सन्न्यासयोगयुक्तात्मा विमुक्तो मामुपैष्यसि। इस तरह सन्यास योग अर्थात संपूर्ण त्याग नाल युक्त होया शुभ अशुभ फल दाता कर्मा दे बंधन तो मुक्त होके तू मैनू प्राप्त होवेगा। उपरोक्त तीन श्लोकां विच योगेश्वर श्री कृष्ण ने सिलसिलेवार साधना अते उसके परिणाम का चित्रण किया है। पहला फुल पत्ते फल जल का पूरी श्रद्धा नाल अर्पण, दूजा समर्पित होके कर्म का आचरण अते तीजा पूरे समर्पण नाल संपूर्ण त्याग। इना राही कर्म बंधन तो मुक्त हो जावेगा। मुक्ति नाल मिलेगा की ता किहा मैनू प्राप्त होएगा। इत्थे मुक्ति अते प्राप्ति एक दूजे दे पूरक हन। तुहाडी प्राप्ति ही मुक्ति है ता उस तो लाभ। इसते कहंदे हन समोहं सर्वभूतेषु न मे द्वेषोऽस्ति न प्रियः ये भजन्ति तु मां भक्त्या महिते तेषु चाप्यहम्। सृष्टि विच ना कोई मेरा प्रिय है अते ना अप्रिय है, पर जो अनन्य भगत है ਉਹ ਮੇਰੇ ਵਿੱਚ ਹੈ ਅਤੇ ਮੈਂ ਉਸ ਵਿੱਚ ਹਾਂ। ਇਹੋ ਮੇਰਾ ਇੱਕ ਮਾਤਰ ਰਿਸ਼ਤਾ ਹੈ, ਉਸ ਵਿੱਚ ਏਕਾਕਾਰ ਹੋ ਜਾਂਦਾ ਹਾਂ। ਮੇਰੇ ਅਤੇ ਉਸਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਤਾਂ ਤੇ ਬੜੇ ਭਾਗਾਂ ਵਾਲੇ ਹੀ ਭਜਨ ਕਰਦੇ ਹੋਣਗੇ। ਭਜਨ ਕਰਨ ਦਾ ਅਧਿਕਾਰ ਕਿਸ ਨੂੰ ਹੈ?
ਇਸ ਤੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਅਪਿ ਚੇਤ ਸੁਦੁਰਾਚਾਰੋ ਭਜਤੇ ਮਾਮਨਨ੍ਯ ਭਾਕ ਸਾਧੁਰੇਵ ਸਮੰਤਵ੍ਯਃ ਸਮਯਗ ਵਿਵਸਿਤੋ ਹਿ ਸਹ। ਜੇ ਅਤਿ ਦੁਰਾਚਾਰੀ ਵੀ ਅਨੰਨੇ ਭਾਵ ਨਾਲ ਅਰਥਾਤ ਮੇਰੇ ਸਿਵਾਏ ਕਿਸੇ ਦੂਜੀ ਵਸਤੂ ਜਾਂ ਦੇਵਤਾ ਨੂੰ ਨਾ ਸਿਮਰ ਕੇ ਕੇਵਲ ਮੈਨੂੰ ਹੀ ਨਿਰੰਤਰ ਸਿਮਰਦਾ ਹੈ, ਉਹ ਸਾਧੂ ਹੀ ਮੰਨਣ ਯੋਗ ਹੈ। ਅਜੇ ਉਹ ਸਾਧੂ ਹੋਇਆ ਨਹੀਂ ਹੈ, ਪਰ ਉਸਦੇ ਹੋ ਜਾਣ ਵਿੱਚ ਸੰਸਾ ਵੀ ਨਹੀਂ ਹੈ, ਕਿਉਂਕਿ ਉਹ ਯਥਾਰਥ ਨਿਸ਼ਚੇ ਨਾਲ ਲੱਗ ਗਿਆ ਹੈ। ਇਸ ਲਈ ਭਜਨ ਤੁਸੀਂ ਵੀ ਕਰ ਸਕਦੇ ਹੋ, ਬਸ਼ਰਤੇ ਤੁਸੀਂ ਮਨੁੱਖ ਹੋਵੋ, ਕਿਉਂਕਿ ਮਨੁੱਖ ਹੀ ਯਥਾਰਥ ਨਿਸ਼ਚੇ ਵਾਲਾ ਹੈ। ਗੀਤਾ ਪਾਪੀਆਂ ਦਾ ਪਾਰ ਉਤਾਰਾ ਕਰਦੀ ਹੈ ਅਤੇ ਉਹ ਪਾਪੀ ਵੀ ਕਸ਼ਿਪ੍ਰਮ ਭਵਤਿ ਧਰਮਾਤਮਾ ਸ਼ਸ਼ਵਛਾਂਤਿਂ ਨਿਗਚ੍ਛਤਿ ਕੌਂਤੇਯ ਪ੍ਰਤਿਜਾਨੀ ਨਮੇ ਭਕਤ ਪ੍ਰਣਸ਼ਯਤਿ। ਇਸ ਭਜਨ ਦੇ ਪ੍ਰਭਾਵ ਨਾਲ ਉਹ ਦੁਰਾਚਾਰੀ ਵੀ ਛੇਤੀ ਹੀ ਧਰਮਾਤਮਾ ਹੋ ਜਾਂਦਾ ਹੈ, ਪਰਮ ਧਰਮ ਪਰਮਾਤਮਾ ਨਾਲ ਮਿਲ ਜਾਂਦਾ ਹੈ ਅਤੇ ਸਦਾ ਰਹਿਣ ਵਾਲੀ ਪਰਮ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ। ਹੇ ਕੌਂਤਯ, ਤੂੰ ਨਿਸ਼ਚੇ ਪੂਰਵਕ ਸੱਚ ਜਾਣ ਕਿ ਮੇਰਾ ਭਗਤ ਕਦੇ ਨਸ਼ਟ ਨਹੀਂ ਹੁੰਦਾ। ਜੇ ਇੱਕ ਜਨਮ ਵਿੱਚ ਪਾਰ ਨਹੀਂ ਲੱਗਦਾ ਤਾਂ ਅਗਲੇ ਜਨਮ ਵਿੱਚ ਵੀ ਉਹੀ ਸਾਧਨਾ ਕਰਕੇ ਛੇਤੀ ਹੀ ਪਰਮ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਸਦਾਚਾਰੀ ਦੁਰਾਚਾਰੀ ਸਾਰਿਆਂ ਨੂੰ ਭਜਨ ਕਰਨ ਦਾ ਅਧਿਕਾਰ ਹੈ। ਇਤਨਾ ਹੀ ਨਹੀਂ ਸਗੋਂ ਮਾਮ ਹੀ ਪਾਰਥ ਵਿਪਾਸ਼ਿਤ੍ਯ ਯੇਪਿ ਸਿਉਹ ਪਾਪਯੋਨਯਃ ਸਤ੍ਰੀਯੋ ਵੈਸ਼ਯਾਸਤਥਾ ਸ਼ੂਦ੍ਰਾਃ ਤੇਪਿ ਯਾਂਤਿ ਪਰਾਂ ਗਤਿਂ। ਪਾਰਥ, ਇਸਤਰੀ, ਵੈਸ਼ਯ, ਸ਼ੂਦਰ ਆਦਿ ਅਤੇ ਜੋ ਕੋਈ ਪਾਪ ਯੋਨੀ ਵਾਲਾ ਵੀ ਹੋਵੇ, ਉਹ ਸਾਰੇ ਮੇਰੇ ਆਸਰੇ ਹੋ ਕੇ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਹਨ। ਇਸ ਲਈ ਇਹ ਗੀਤਾ ਹਰ ਮਨੁੱਖ ਲਈ ਹੈ, ਚਾਹੇ ਉਹ ਕੁਝ ਵੀ ਕਰਦਾ ਹੋਵੇ, ਕਿਧਰੇ ਵੀ ਪੈਦਾ ਹੋਇਆ ਹੋਵੇ, ਸਭ ਦੇ ਲਈ ਇਹ ਇੱਕ ਸਮਾਨ ਕਲਿਆਣ ਦਾ ਉਪਦੇਸ਼ ਕਰਦੀ ਹੈ। ਗੀਤਾ ਵਿਸ਼ਵ ਵਿਆਪੀ ਹੈ। ਪਾਪ ਯੋਨੀ ਅਧਿਆਏ 16 ਦੇ 7 ਤੋਂ 21 ਸ਼ਲੋਕ ਵਿੱਚ ਆਸੁਰੀ ਬਿਰਤੀ ਦੇ ਲਕਸ਼ਣਾਂ ਦੇ ਤਹਿਤ ਭਗਵਾਨ ਨੇ ਦੱਸਿਆ ਕਿ ਜੋ ਸ਼ਾਸਤਰ ਵਿਧੀ ਨੂੰ ਤਿਆਗ ਕੇ ਨਾਮ ਮਾਤਰ ਦੇ ਯੱਗਾਂ ਦੁਆਰਾ ਅਹੰਕਾਰ ਨਾਲ ਯੱਗ ਕਰਦੇ ਹਨ, ਉਹ ਮੇਰੇ ਨਰਾਂ ਵਿੱਚ ਅਧਮ ਹਨ। ਯੱਗ ਹੈ ਨਹੀਂ ਪਰ ਨਾਮ ਦੇ ਛੱਡਿਆ ਹੈ ਅਤੇ ਅਹੰਕਾਰ ਨਾਲ ਯੱਗ ਕਰਦਾ ਹੈ, ਉਹ ਦੁਸ਼ਟ ਕਰਮੀ
ਅਤੇ ਪਾਪ ਆਚਾਰੀ ਅਰਥਾਤ ਪਾਪ ਯੋਨੀ ਹੈ। ਵੈਸ਼ ਸ਼ੂਦਰ ਭਗਵਤ ਮਾਰਗ ਦੀਆਂ ਪੌੜੀਆਂ ਹਨ। ਇਸਤਰੀਆਂ ਲਈ ਕਦੇ ਆਦਰ ਸਨਮਾਨ ਕਦੇ ਹੀਨਤਾ ਦੀ ਭਾਵਨਾ ਰਹੀ ਹੈ, ਪਰ ਯੋਗ ਪ੍ਰਕਿਰਿਆ ਵਿੱਚ ਇਸਤਰੀ ਅਤੇ ਪੁਰਸ਼ ਦੋਨਾਂ ਦਾ ਇੱਕੋ ਜਿਹਾ ਪ੍ਰਵੇਸ਼ ਹੈ। किं पुनर्ब्राह्मणा पुण्या भक्ता राजर्षयस्तथा अनित्यमसुखं लोकं इमं प्राप्य भजस्व मां। फिर ता ब्राह्मण अते राज ऋषि खत्री श्रेणी दे भक्ता लई ता कहना ही की है। ब्राह्मण एक अवस्था विशेष है जिस अंदर ब्रह्म विच प्रवेश दिवाउण वालियां सारियां योग्यतावां मौजूद हन। शांति अनुभवी उपलब्धि ध्यान अते इष्ट दे पथ प्रदर्शन राही जिस विच चलण दी समर्था है ओही ब्राह्मण अवस्था है। राज ऋषि खत्री विच ਰਿੱਧੀਆਂ ਸਿੱਧੀਆਂ ਦਾ ਸੰਚਾਰ, ਸ਼ੂਰਵੀਰਤਾ, ਸਵਾਮੀ ਭਾਵ, ਪਿੱਛੇ ਨਾ ਹਟਣ ਦਾ ਸੁਭਾਵ ਰਹਿੰਦਾ ਹੈ। ਇਸ ਯੋਗ ਪੱਧਰ ਉੱਤੇ ਪਹੁੰਚੇ ਹੋਏ ਯੋਗੀ ਤਾਂ ਪਾਰ ਹੁੰਦੇ ਹੀ ਹਨ, ਉਹਨਾਂ ਲਈ ਕੀ ਕਹਿਣਾ ਹੈ। ਇਸ ਲਈ ਅਰਜੁਨ, ਤੂੰ ਸੁਖ ਰਹਿਤ ਸ਼ਣ ਭੰਗੁਰ ਇਸ ਮਨੁੱਖ ਸਰੀਰ ਨੂੰ ਪ੍ਰਾਪਤ ਹੋ ਕੇ ਮੇਰਾ ਹੀ ਭਜਨ ਕਰ। ਇਸ ਨਸ਼ਵਰ ਸਰੀਰ ਦੇ ਮੋਹ ਪੋਸ਼ਣ ਵਿੱਚ ਸਮਾਂ ਨਸ਼ਟ ਨਾ ਕਰ। ਇਸ ਲਈ ਉਹ ਭਜਨ ਦੀ ਧਾਰਨਾ ਲਈ ਪ੍ਰੋਤਸਾਹਨ ਦਿੰਦੇ ਹਨ। ਮਨ ਮਨਾ ਭਵ ਮਦ ਭਕਤੋ ਮਦਿਆ ਜੀ ਮਾਮ ਨਮਸਕੁਰੋ ਮਾਮੇ ਵੈਸ਼ਯਸਿ ਉਕ੍ਤਵੈਵਮ ਆਤਮਾਨਮ ਮਤਪਰਾਯਣਃ। ਅਰਜੁਨ, ਮੇਰੇ ਹੀ ਮਨ ਵਾਲਾ ਹੋ, ਸਿਵਾਏ ਮੇਰੇ ਦੂਜੇ ਭਾਵ ਮਨ ਵਿੱਚ ਆਉਣ ਹੀ ਨਾ। ਮੇਰਾ ਅਨੰਨਿਆ ਭਗਤ ਹੋ, ਨਿਰੰਤਰ ਚਿੰਤਨ ਵਿੱਚ ਲੱਗ, ਸ਼ਰਧਾ ਸਹਿਤ ਮੇਰਾ ਹੀ ਪੂਜਨ ਕਰ ਅਤੇ ਮੈਨੂੰ ਹੀ ਨਮਸਕਾਰ ਕਰ। ਇਸ ਤਰ੍ਹਾਂ ਮੇਰੀ ਸ਼ਰਨ ਹੋਇਆ ਆਤਮਾ ਨੂੰ ਮੇਰੇ ਵਿੱਚ ਏਕਾ ਭਾਵ ਨਾਲ ਸਥਿਤ ਕਰਕੇ ਤੂੰ ਮੈਨੂੰ ਹੀ ਪ੍ਰਾਪਤ ਹੋਵੇਂਗਾ, ਅਰਥਾਤ ਮੇਰੇ ਨਾਲ ਇੱਕ ਰੂਪ ਹੋ ਜਾਵੇਂਗਾ। ਸਾਰ: ਇਸ ਅਧਿਆਇ ਦੇ ਆਰੰਭ ਵਿੱਚ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਅਰਜੁਨ, ਤੇਰੇ ਜਿਹੇ ਦੋਸ਼ ਰਹਿਤ ਭਗਤ ਲਈ ਮੈਂ ਇਸ ਗਿਆਨ ਨੂੰ ਵਿਗਿਆਨ ਸਹਿਤ ਕਹਾਂਗਾ, ਜਿਸ ਨੂੰ ਜਾਣ ਕੇ ਕੁਝ ਵੀ ਜਾਣਨਾ ਬਾਕੀ ਨਹੀਂ ਰਹੇਗਾ। ਇਸ ਨੂੰ ਜਾਣ ਕੇ ਤੂੰ ਸੰਸਾਰ ਬੰਧਨ ਤੋਂ ਛੁੱਟ ਜਾਏਗਾ। ਇਹ ਗਿਆਨ ਸਾਰੀਆਂ ਵਿਦਿਆਵਾਂ ਦਾ ਰਾਜਾ ਹੈ। ਵਿਦਿਆ ਉਹ ਹੈ ਜੋ ਪਰਮ ਬ੍ਰਹਮ ਵਿੱਚ ਪ੍ਰਵੇਸ਼ ਦਿਵਾਏ। ਇਹ ਗਿਆਨ ਉਸਦਾ ਵੀ ਰਾਜਾ ਹੈ, ਅਰਥਾਤ ਨਿਸ਼ਚਿਤ ਕਲਿਆਣ ਕਰਨ ਵਾਲਾ ਹੈ। ਇਹ ਸਾਰੇ ਰਹੱਸਿਆਂ ਦਾ ਵੀ ਰਾਜਾ ਹੈ।
ਰਹੱਸਮਈ ਗੁਪਤ ਚੀਜ਼ਾਂ ਨੂੰ ਵੀ ਪ੍ਰਤੱਖ ਕਰਨ ਵਾਲਾ ਹੈ। ਇਹ ਪ੍ਰਤੱਖ ਫਲ ਵਾਲੀ ਸਾਧਨਾ ਕਰਨ ਵਿੱਚ ਆਸਾਨ ਅਤੇ ਅਵਿਨਾਸ਼ੀ ਹੈ। ਥੋੜ੍ਹੀ ਜਿਹੀ ਸਾਧਨਾ ਤੁਹਾਡੇ ਕੋਲੋਂ ਪਾਰ ਲੱਗ ਜਾਏ ਤਾਂ ਇਸਦਾ ਕਦੇ ਨਾਸ਼ ਨਹੀਂ ਹੁੰਦਾ, ਸਗੋਂ ਇਸਦੇ ਪ੍ਰਭਾਵ ਨਾਲ ਉਹ ਪਰਮ ਸ੍ਰੇਸ਼ਟਤਾ ਤੱਕ ਪਹੁੰਚ ਜਾਂਦਾ ਹੈ। ਪਰ ਇਸ ਵਿੱਚ ਸ਼ਰਤ ਹੈ। ਸ਼ਰਧਾਹੀਨ ਪੁਰਸ਼ ਪਰਮ ਗਤੀ ਨੂੰ ਪ੍ਰਾਪਤ ਨਾ ਹੋ ਕੇ ਸੰਸਾਰ ਚੱਕਰ ਵਿੱਚ ਭਟਕਦਾ ਹੈ। ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਯੋਗ ਦੀ ਪ੍ਰਭੂਤਾ ਉੱਤੇ ਵੀ ਪ੍ਰਕਾਸ਼ ਪਾਇਆ। ਦੁੱਖ ਦੇ ਸੰਯੋਗ ਦਾ ਵਿਯੋਗ ਹੀ ਯੋਗ ਹੈ, ਅਰਥਾਤ ਜੋ ਸੰਸਾਰ ਦੇ ਸੰਯੋਗ ਵਿਯੋਗ ਤੋਂ ਬਿਲਕੁਲ ਰਹਿਤ ਹੈ ਉਸਦਾ ਨਾਮ ਯੋਗ ਹੈ। ਪਰਮ ਤੱਤ ਪਰਮਾਤਮਾ ਦੇ ਮਿਲਣ ਦਾ ਨਾਮ ਯੋਗ ਹੈ। ਪਰਮਾਤਮਾ ਦੀ ਪ੍ਰਾਪਤੀ ਹੀ ਯੋਗ ਦੀ ਪਰਾਕਾਸ਼ਟਾ ਹੈ। ਜੋ ਇਸ ਵਿੱਚ ਪ੍ਰਵੇਸ਼ ਪਾ ਗਿਆ ਉਸ ਯੋਗੀ ਦੇ ਪ੍ਰਭਾਵ ਨੂੰ ਵੇਖੋ ਕਿ ਸਾਰੇ ਭੂਤਾਂ ਦਾ ਸੁਆਮੀ ਅਤੇ ਪਾਲਨਹਾਰ ਹੋਣ ਤੇ ਵੀ ਮੇਰਾ ਆਤਮਾ ਉਹਨਾਂ ਭੂਤਾਂ ਵਿੱਚ ਸਥਿਤ ਨਹੀਂ ਹੈ, ਮੈਂ ਆਤਮ ਸਵਰੂਪ ਵਿੱਚ ਸਥਿਤ ਹਾਂ, ਉਹੀ ਹਾਂ। ਜਿਵੇਂ ਆਕਾਸ਼ ਵਿੱਚ ਪੈਦਾ ਸਭ ਥਾਈਂ ਰਹਿਣ ਵਾਲਾ ਵਾਯੂ ਆਕਾਸ਼ ਵਿੱਚ ਹੀ ਸਥਿਤ ਹੈ ਪਰ ਉਸ ਨੂੰ ਮੈਲਾ ਨਹੀਂ ਕਰ ਸਕਦਾ, ਉਸੇ ਤਰ੍ਹਾਂ ਸਾਰੇ ਭੂਤ ਮੇਰੇ ਵਿੱਚ ਸਥਿਤ ਹਨ ਪਰ ਮੈਂ ਉਹਨਾਂ ਵਿੱਚ ਲਿਪਤ ਨਹੀਂ ਹਾਂ। ਅਰਜੁਨ, ਕਲਪ ਦੇ ਆਰੰਭ ਵਿੱਚ ਮੈਂ ਭੂਤਾਂ ਨੂੰ ਵਿਸ਼ੇਸ਼ ਤਰ੍ਹਾਂ ਨਾਲ ਰਚਦਾ ਹਾਂ, ਸਜਾਉਂਦਾ ਹਾਂ ਅਤੇ ਕਲਪ ਦੇ ਪੂਰਨਤਾ ਕਾਲ ਵਿੱਚ ਸਾਰੇ ਭੂਤ ਮੇਰੀ ਪ੍ਰਕਿਰਤੀ ਨੂੰ ਅਰਥਾਤ ਯੋਗ ਆਰੂੜ ਮਹਾਂਪੁਰਸ਼ ਦੀ ਰਹਿਣੀ ਨੂੰ ਉਹਨਾਂ ਦੇ ਅਵਿਅਕਤ ਭਾਵ ਨੂੰ ਪ੍ਰਾਪਤ ਹੁੰਦੇ ਹਨ। ਹਾਲਾਂਕਿ ਮਹਾਂਪੁਰਸ਼ ਪ੍ਰਕਿਰਤੀ ਤੋਂ ਪਰੇ ਹੈ ਪਰ ਪ੍ਰਾਪਤੀ ਦੇ ਬਾਅਦ ਸੁਭਾਅ ਅਰਥਾਤ ਖੁਦ ਵਿੱਚ ਸਥਿਤ ਰਹਿੰਦੇ ਹੋਏ ਲੋਕ ਹਿੱਤ ਲਈ ਜੋ ਕਾਰਜ ਕਰਦਾ ਹੈ ਉਹ ਉਸਦੀ ਇੱਕ ਰਹਿਣੀ ਹੈ। ਇਸੇ ਰਹਿਣੀ ਦੇ ਕਾਰਜ ਕਲਾਪ ਨੂੰ ਉਸ ਮਹਾਂਪੁਰਸ਼ ਦੀ ਪ੍ਰਕਿਰਤੀ ਕਿਹਾ ਗਿਆ ਹੈ। ਇੱਕ ਰਚਨਾਕਾਰ ਤਾਂ ਮੈਂ ਹਾਂ ਜੋ ਭੂਤਾਂ ਨੂੰ ਕਲਪ ਲਈ ਪ੍ਰੇਰਿਤ ਕਰਦਾ ਹਾਂ ਅਤੇ ਦੂਜੀ ਰਚਨਾਕਾਰ ਤ੍ਰਿਗੁਣਮਈ ਪ੍ਰਕਿਰਤੀ ਹੈ ਜੋ ਮੇਰੇ ਅਧਿਆਸ ਨਾਲ ਚਲ ਅਚਲ ਸਹਿਤ ਭੂਤਾਂ ਨੂੰ ਰਚਦੀ ਹੈ। ਇਹ ਵੀ ਇੱਕ ਕਲਪ ਹੈ ਜਿਸ ਵਿੱਚ ਸਰੀਰ ਪਰਿਵਰਤਨ, ਸੁਭਾਅ ਪਰਿਵਰਤਨ ਅਤੇ ਕਾਲ ਪਰਿਵਰਤਨ ਨਿਹਿਤ ਹੈ। ਇਸ ਤਰ੍ਹਾਂ ਕਲਪ ਦੋ ਪ੍ਰਕਾਰ ਦੇ ਹਨ, ਇੱਕ ਤਾਂ ਸਥੂਲ ਦਾ, ਸਰੀਰ ਦਾ ਅਤੇ ਕਾਲ ਦਾ ਪਰਿਵਰਤਨ ਕਲਪ ਹੈ ਅਤੇ ਇਹ ਪਰਿਵਰਤਨ ਪ੍ਰਕਿਰਤੀ ਹੀ ਮੇਰੇ ਆਭਾਸ ਨਾਲ ਕਰਦੀ ਹੈ। ਪਰ ਇਸ ਤੋਂ ਮਹਾਨ ਕਲਪ ਜੋ ਆਤਮਾ ਨੂੰ ਨਿਰਮਲ ਸਵਰੂਪ ਦਿੰਦਾ ਹੈ ਉਸਦਾ ਸ਼ਿੰਗਾਰ ਮਹਾਂਪੁਰਸ਼ ਕਰਦੇ ਹਨ, ਉਹ ਅਚੇਤ ਭੂਤਾਂ ਨੂੰ ਸਚੇਤ ਕਰਦੇ ਹਨ। ਭਜਨ ਦਾ ਆਰੰਭ ਹੀ ਇਸ ਕਲਪ ਦਾ ਆਰੰਭ ਹੈ ਅਤੇ ਭਜਨ ਦੀ ਪਰਾਕਾਸ਼ਟਾ ਕਲਪ ਦਾ ਅੰਤ ਹੈ। ਜਦ ਇਹ ਕਲਪ ਭਵ ਰੋਗ ਤੋਂ ਪੂਰਾ ਨਿਰੋਗ ਕਰਕੇ ਸ਼ਾਸ਼ਵਤ ਬ੍ਰਹਮ ਵਿੱਚ ਪ੍ਰਵੇਸ਼ ਦਿਵਾ ਦਿੰਦਾ ਹੈ ਉਸ ਪ੍ਰਵੇਸ਼ ਕਾਲ ਵਿੱਚ ਯੋਗੀ ਮੇਰੀ ਰਹਿਣੀ ਅਤੇ ਮੇਰੇ ਸਵਰੂਪ ਨੂੰ ਪ੍ਰਾਪਤ ਹੁੰਦਾ ਹੈ। ਪ੍ਰਾਪਤੀ ਦੇ ਬਾਅਦ
ਮਹਾਂਪੁਰਸ਼ ਦੀ ਰਹਿਣੀ ਹੀ ਉਸ ਦੀ ਪ੍ਰਕਿਰਤੀ ਹੈ। ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਅਰਜੁਨ ਮੂੜ ਲੋਕੀ ਮੈਨੂੰ ਨਹੀਂ ਜਾਣਦੇ, ਮੈਨੂੰ ਅਰਥਾਤ ਈਸ਼ਵਰਾਂ ਦੇ ਵੀ ਈਸ਼ਵਰ ਨੂੰ ਵੀ ਤੁੱਛ ਸਮਝਦੇ ਹਨ, ਆਮ ਮਨੁੱਖ ਸਮਝਦੇ ਹਨ। ਹਰ ਮਹਾਂਪੁਰਸ਼ ਨਾਲ ਇਹ ਬੇਤੁੱਕਾਪਣ ਜਾਂ ਮਜ਼ਾਕ ਹੁੰਦਾ ਆਇਆ ਹੈ ਕਿ ਤਤਕਾਲੀਨ ਸਮਾਜ ਨੇ ਉਹਨਾਂ ਦੀ ਉਪੇਕਸ਼ਾ ਕੀਤੀ, ਉਹਨਾਂ ਦਾ ਘੋਰ ਵਿਰੋਧ ਕੀਤਾ। ਸ਼੍ਰੀ ਕ੍ਰਿਸ਼ਨ ਵੀ ਇਸ ਦੇ ਅਪਵਾਦ ਨਹੀਂ ਸਨ। ਉਹ ਕਹਿੰਦੇ ਹਨ ਕਿ ਮੈਂ ਪਰਮ ਭਾਵ ਵਿੱਚ ਸਥਿਤ ਹਾਂ, ਪਰ ਸਰੀਰ ਮੇਰਾ ਵੀ ਮਨੁੱਖ ਦਾ ਹੀ ਹੈ, ਇਸ ਲਈ ਮੂੜ ਲੋਕੀ ਮੈਨੂੰ ਤੁੱਛ ਕਹਿ ਕੇ ਮਨੁੱਖ ਕਹਿ ਕੇ ਸੰਬੋਧਿਤ ਕਰਦੇ ਹਨ। ਐਸੇ ਲੋਕ ਫਿਜ਼ੂਲ ਆਸ਼ਾ ਵਾਲੇ ਹਨ, ਫਿਜ਼ੂਲ ਕਰਮ ਵਾਲੇ ਹਨ, ਫਿਜ਼ੂਲ ਗਿਆਨ ਵਾਲੇ ਹਨ ਕਿ ਭਾਵੇਂ ਕੁਝ ਵੀ ਕਰੀਏ ਤੇ ਕਹਿ ਛੱਡੀਏ ਕਿ ਅਸੀਂ ਤਾਂ ਕਾਮਨਾ ਨਹੀਂ ਕਰਦੇ, ਹੋ ਗਏ ਨਿਸ਼ਕਾਮ ਕਰਮ ਯੋਗੀ। ਉਹ ਆਸਰੀ ਸੁਭਾਅ ਵਾਲੇ ਮੈਨੂੰ ਨਹੀਂ ਪਰਖ ਸਕਦੇ, ਪਰ ਦੈਵੀ ਸੰਪਤੀ ਨੂੰ ਪ੍ਰਾਪਤ ਮਨੁੱਖ ਅਨੰਨਿਯ ਭਾਵ ਨਾਲ ਮੇਰਾ ਧਿਆਨ ਕਰਦੇ ਹਨ, ਮੇਰੇ ਗੁਣਾਂ ਦਾ ਨਿਰੰਤਰ ਚਿੰਤਨ ਕਰਦੇ ਹਨ। ਅਨੰਨਿਯ ਉਪਾਸਨਾ ਅਰਥਾਤ ਯੱਗ ਕਰਮ ਦੇ ਦੋ ਹੀ ਮਾਰਗ ਹਨ। ਪਹਿਲਾ ਹੈ ਕਿ ਗਿਆਨ ਯੱਗ ਅਰਥਾਤ ਆਪਣੇ ਭਰੋਸੇ ਆਪਣੀ ਸ਼ਕਤੀ ਨੂੰ ਸਮਝ ਕੇ ਉਸੇ ਨਿਯਤ ਕਰਮ ਵਿੱਚ ਪ੍ਰਵਿਰਤ ਹੋਣਾ, ਅਤੇ ਦੂਜਾ ਮਾਰਗ ਹੈ ਸਵਾਮੀ ਸੇਵਕ ਭਾਵਨਾ ਵਾਲਾ, ਜਿਸ ਵਿੱਚ ਸਤਿਗੁਰੂ ਨੂੰ ਸਮਰਪਿਤ ਹੋ ਕੇ ਉਹੀ ਕਰਮ ਕੀਤਾ ਜਾਂਦਾ ਹੈ। ਇਹਨਾਂ ਹੀ ਦੋ ਦ੍ਰਿਸ਼ਟੀਆਂ ਨਾਲ ਲੋਕ ਮੇਰੀ ਉਪਾਸਨਾ ਕਰਦੇ ਹਨ, ਪਰ ਉਹਨਾਂ ਦੇ ਰਾਹੀਂ ਜੋ ਪਾਰ ਪੈਂਦਾ ਹੈ ਉਹ ਯੱਗ, ਉਹ ਹਵਨ, ਉਹ ਕਰਤਾ, ਸ਼ਰਧਾ ਅਤੇ ਔਸ਼ਧੀ ਜਿਸ ਨਾਲ ਭਵ ਰੋਗ ਦਾ ਇਲਾਜ ਹੁੰਦਾ ਹੈ ਉਹ ਮੈਂ ਹੀ ਹਾਂ। ਅੰਤ ਨੂੰ ਜੋ ਗਤੀ ਪ੍ਰਾਪਤ ਹੁੰਦੀ ਹੈ ਉਹ ਗਤੀ ਵੀ ਮੈਂ ਹੀ ਹਾਂ। ਇਸੇ ਯੱਗ ਨੂੰ ਲੈ ਕੇ ਤ੍ਰੈ ਵਿਦਿਆ ਪ੍ਰਾਰਥਨਾ ਯਜਨ ਅਤੇ ਸਮਤਾ ਦਿਉਣ ਵਾਲੀਆਂ ਵਿਧੀਆਂ ਨਾਲ ਪੂਰਾ ਕਰਦੇ ਹਨ, ਪਰ ਬਦਲੇ ਵਿੱਚ ਸਵਰਗ ਦੀ ਕਾਮਨਾ ਕਰਦੇ ਹਨ ਤਾਂ ਮੈਂ ਸਵਰਗ ਵੀ ਦਿੰਦਾ ਹਾਂ। ਉਸਦੇ ਬਦਲੇ ਵਿੱਚ ਉਹ ਇੰਦਰ ਪਦ ਪ੍ਰਾਪਤ ਕਰ ਲੈਂਦੇ ਹਨ, ਲੰਮੇ ਸਮੇਂ ਤੱਕ ਉਸਨੂੰ ਭੋਗਦੇ ਹਨ, ਪਰ ਪੁੰਨ ਘੱਟ ਜਾਣ ਦੇ ਬਾਅਦ ਉਹ ਫਿਰ ਪੁਨਰ ਜਨਮ ਨੂੰ ਜਾ ਪਹੁੰਚਦੇ ਹਨ। ਉਹਨਾਂ ਦੀ ਕ੍ਰਿਆ ਸਹੀ ਸੀ, ਪਰ ਭੋਗਾਂ ਦੀ ਕਾਮਨਾ ਰਹਿਣ ਨਾਲ ਪੁਨਰ ਜਨਮ ਵਿੱਚ ਪੈਂਦੇ ਹਨ। ਇਸ ਲਈ ਭੋਗਾਂ ਦੀ ਕਾਮਨਾ ਨਹੀਂ ਕਰਨੀ ਚਾਹੀਦੀ। ਜੋ ਅਨੰਨਿਯ ਭਾਵ ਨਾਲ ਅਰਥਾਤ ਮੇਰੇ ਸਿਵਾਏ ਦੂਜਾ ਹੈ ਹੀ ਨਹੀਂ, ਐਸੇ ਭਾਵ ਨਾਲ ਜੋ ਨਿਰੰਤਰ ਮੇਰਾ ਚਿੰਤਨ ਕਰਦੇ ਹਨ ਅਤੇ ਰੱਤੀ ਭਰ ਵੀ ਤਰੁਟੀ ਨਾ ਰਹੇ ਐਸਾ ਸਿਮਰਦੇ ਹਨ, ਉਹਨਾਂ ਦੇ ਯੋਗ ਦੀ ਸੁਰੱਖਿਆ ਦਾ ਭਾਵ ਮੈਂ ਆਪਣੇ ਹੱਥ ਲੈ ਲੈਂਦਾ ਹਾਂ। ਇਤਨਾ ਹੋਣ ਤੇ ਵੀ ਕੁਝ ਲੋਕ ਹੋਰ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹ ਵੀ ਮੇਰੀ ਹੀ ਪੂਜਾ ਕਰਦੇ ਹਨ, ਪਰ ਉਹ ਵਿਧੀ ਮੇਰੀ ਪ੍ਰਾਪਤੀ ਦੀ ਵਿਧੀ ਨਹੀਂ ਹੈ। ਉਹ ਮੈਨੂੰ ਸਾਰੇ ਯੱਗਾਂ ਦੇ ਉਪਭੋਗਤਾ ਦੇ ਰੂਪ ਵਿੱਚ ਨਹੀਂ ਜਾਣਦੇ, ਅਰਥਾਤ ਉਹਨਾਂ ਦੀ ਪੂਜਾ ਦੇ ਪਰਿਣਾਮ ਵਿੱਚ ਮੈਂ ਨਹੀਂ ਮਿਲਦਾ, ਇਸੇ ਲਈ ਉਹਨਾਂ ਦਾ ਪਤਨ ਹੋ ਜਾਂਦਾ ਹੈ। ਉਹ ਦੇਵਤਾ ਭੂਤ ਜਾਂ ਪਿਤਰਾਂ ਦੇ ਕਲਪਿਤ ਰੂਪ ਵਿੱਚ ਨਿਵਾਸ ਕਰਦੇ ਹਨ, ਜਦਕਿ ਮੇਰਾ ਭਗਤ
ਸਾਖਿਆਤ ਮੇਰੇ ਅੰਦਰ ਨਿਵਾਸ ਕਰਦਾ ਹੈ, ਮੇਰਾ ਹੀ ਸਵਰੂਪ ਹੋ ਜਾਂਦਾ ਹੈ। ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਇਸ ਯੱਗ ਕਰਮ ਨੂੰ ਬੜਾ ਸਰਲ ਕਿਹਾ ਕਿ ਕੋਈ ਫਲ ਫੁੱਲ ਜਾਂ ਜੋ ਸ਼ਰਧਾ ਨਾਲ ਦਿੰਦਾ ਹੈ ਮੈਂ ਉਸਨੂੰ ਸਵੀਕਾਰ ਕਰਦਾ ਹਾਂ। ਇਸ ਲਈ ਅਰਜੁਨ, ਤੂੰ ਜੋ ਵੀ ਆਰਾਧਨਾ ਕਰਦਾ ਹੈ ਮੈਨੂੰ ਸਮਰਪਿਤ ਕਰ। ਜਦ ਸੰਪੂਰਨ ਤਿਆਗ ਦੀ ਭਾਵਨਾ ਆ ਜਾਏਗੀ ਤਾਂ ਯੋਗ ਨਾਲ ਯੁਕਤ ਹੋ ਕੇ ਤੂੰ ਕਰਮਾਂ ਦੇ ਬੰਧਨ ਤੋਂ ਮੁਕਤ ਹੋ ਜਾਏਗਾ ਅਤੇ ਇਹ ਮੁਕਤੀ ਮੇਰਾ ਹੀ ਸਵਰੂਪ ਹੈ। ਸੰਸਾਰ ਵਿੱਚ ਸਾਰੇ ਪ੍ਰਾਣੀ ਮੇਰੇ ਹੀ ਹਨ। ਕਿਸੇ ਵੀ ਪ੍ਰਾਣੀ ਨਾਲ ਨਾ ਮੈਨੂੰ ਪਿਆਰ ਹੈ ਨਾ ਦੁਸ਼। ਮੈਂ ਨਿਰਲੇਪ ਹਾਂ, ਪਰ ਜੋ ਮੇਰਾ ਅਨੰਨਿਆ ਭਗਤ ਹੈ ਮੈਂ ਉਸ ਵਿੱਚ ਹਾਂ, ਉਹ ਮੇਰੇ ਵਿੱਚ ਹੈ। ਅਤੀ ਦੁਰਾਚਾਰੀ ਘੋਰ ਪਾਪੀ ਵੀ ਕੋਈ ਕਿਉਂ ਨਾ ਹੋਵੇ, ਫਿਰ ਵੀ ਜੇ ਅਨੰਨਿਆ ਸ਼ਰਧਾ ਭਗਤੀ ਨਾਲ ਮੈਨੂੰ ਸਿਮਰਦਾ ਹੈ ਤਾਂ ਉਹ ਸਾਧੂ ਮੰਨਣ ਦੇ ਯੋਗ ਹੈ। ਜੇ ਉਸਦਾ ਨਿਸ਼ਚੇ ਪੱਕਾ ਹੈ ਤਾਂ ਛੇਤੀ ਹੀ ਪਰਮ ਭਾਵ ਨਾਲ ਮਿਲ ਜਾਂਦਾ ਹੈ ਅਤੇ ਸਦਾ ਰਹਿਣ ਵਾਲੀ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ। ਇੱਥੇ ਸ਼੍ਰੀ ਕ੍ਰਿਸ਼ਨ ਨੇ ਸਪਸ਼ਟ ਕੀਤਾ ਕਿ ਧਾਰਮਿਕ ਕੌਣ ਹੈ। ਸੰਸਾਰ ਵਿੱਚ ਜਨਮ ਲੈਣ ਵਾਲਾ ਕੋਈ ਵੀ ਪ੍ਰਾਣੀ ਜੇ ਪੂਰੇ ਭਾਵ ਨਾਲ ਇੱਕ ਪਰਮਾਤਮਾ ਨੂੰ ਸਿਮਰਦਾ ਹੈ, ਉਸਦਾ ਚਿੰਤਨ ਕਰਦਾ ਹੈ ਤਾਂ ਛੇਤੀ ਹੀ ਉਹ ਧਾਰਮਿਕ ਹੋ ਜਾਂਦਾ ਹੈ। ਇਸ ਲਈ ਧਾਰਮਿਕ ਉਹ ਹੈ ਜੋ ਇੱਕ ਪਰਮਾਤਮਾ ਦਾ ਸਿਮਰਨ ਕਰਦਾ ਹੈ। ਅੰਤ ਨੂੰ ਉਹ ਭਰੋਸਾ ਦਿੰਦੇ ਹਨ ਕਿ ਅਰਜੁਨ, ਮੇਰਾ ਭਗਤ ਕਦੇ ਨਸ਼ਟ ਨਹੀਂ ਹੁੰਦਾ। ਕੋਈ ਸ਼ੂਦਰ ਹੋਵੇ, ਨੀਚ ਹੋਵੇ, ਆਦਿਵਾਸੀ ਹੋਵੇ ਜਾਂ ਅਨਾਦਿਵਾਸੀ ਜਾਂ ਕੁਝ ਵੀ ਨਾਮਧਾਰੀ ਹੋਏ, ਪੁਰਸ਼ ਜਾਂ ਇਸਤਰੀ ਹੋਏ ਅਰਥਾਤ ਪਾਪ ਯੋਨੀ ਤ੍ਰਿਏਕ ਯੋਨੀ ਵਾਲਾ ਵੀ ਜੋ ਹੋਵੇ, ਮੇਰੀ ਸ਼ਰਨ ਆ ਕੇ ਪਰਮਾਤਮਾ ਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਅਰਜੁਨ, ਨਾਸ਼ਵਾਨ ਪਰ ਦੁਰਲਭ ਮਨੁੱਖ ਸਰੀਰ ਪ੍ਰਾਪਤ ਕਰਕੇ ਮੇਰਾ ਭਜਨ ਕਰ। ਇਹ ਮਾਰਗ ਸਾਰਿਆਂ ਲਈ ਸੁਲਭ ਹੈ ਅਤੇ ਬ੍ਰਹਮ ਵਿੱਚ ਪ੍ਰਵੇਸ਼ ਦਿਉਣ ਵਾਲੀ ਯੋਗਤਾਵਾਂ ਵਾਲੇ ਬ੍ਰਾਹਮਣਾਂ ਅਤੇ ਰਾਜ ਰਿਸ਼ੀ ਪੱਧਰ ਦੇ ਭਜਨੀਕਾਂ ਯੋਗੀਆਂ ਲਈ ਤਾਂ ਇਹ ਬਿਲਕੁਲ ਖੁੱਲ੍ਹਾ ਹੀ ਹੈ, ਉਹ ਤਾਂ ਪਾਰ ਹੀ ਹਨ। ਇਸ ਲਈ ਅਰਜੁਨ, ਨਿਰੰਤਰ ਮੇਰੇ ਵਿੱਚ ਮਨ ਲਗਾਉਣ ਵਾਲਾ ਹੋ, ਨਮਸਕਾਰ ਕਰ। ਇਸ ਢੰਗ ਨਾਲ ਮੇਰੀ ਸ਼ਰਨ ਹੋ ਕੇ ਤੂੰ ਮੈਨੂੰ ਹੀ ਪ੍ਰਾਪਤ ਹੋਵੇਂਗਾ, ਜਿੱਥੋਂ ਮੁੜ ਪਿੱਛੇ ਵਾਪਸ ਨਹੀਂ ਆਉਣਾ ਪੈਂਦਾ। ਪ੍ਰਸਤੁਤ ਅਧਿਆਇ ਵਿੱਚ ਉਸ ਵਿਦਿਆ ਉੱਤੇ ਪ੍ਰਕਾਸ਼ ਪਾਇਆ ਗਿਆ ਜਿਸ ਨੂੰ ਸ਼੍ਰੀ ਕ੍ਰਿਸ਼ਨ ਆਪ ਜਾਗ੍ਰਿਤ ਕਰਦੇ ਹਨ। ਇਹ ਰਾਜ ਵਿਦਿਆ ਹੈ ਜੋ ਇੱਕ ਵਾਰੀ ਜਾਗ੍ਰਿਤ ਹੋਣ ਤੇ ਨਿਸ਼ਚਿਤ ਹੀ ਕਲਿਆਣ ਕਰਦੀ ਹੈ। ਇਸ ਲਈ ਓਮ ਤਤਸਦਿਤੀ ਸ਼੍ਰੀਮਦ ਭਗਵਦ ਗੀਤਾ ਸੂਪਨਿਸ਼ਤਸੁ ਬ੍ਰਹਮ ਵਿਦਿਆਯਾਮ ਯੋਗ ਸ਼ਾਸਤ੍ਰੇ ਸ਼੍ਰੀ ਕ੍ਰਿਸ਼ਨ ਅਰਜੁਨ ਸੰਵਾਦੇ ਰਾਜ ਵਿਦਿਆ ਜਾਗ੍ਰਿਤੀ ਨਾਮ ਨਵਮੋ ਅਧਿਆਯ। ਇਸ ਤਰ੍ਹਾਂ ਸ਼੍ਰੀਮਦ ਭਗਵਦ ਗੀਤਾ ਰੂਪੀ ਉਪਨਿਸ਼ਦ ਅਤੇ ਬ੍ਰਹਮ ਵਿਦਿਆ ਤੇ ਯੋਗ ਸ਼ਾਸਤਰ ਵਿਸ਼ਕ
ਸ਼੍ਰੀ ਕ੍ਰਿਸ਼ਨ ਅਰਜੁਨ ਦੇ ਸੰਵਾਦ ਵਿੱਚ ਰਾਜ ਵਿਦਿਆ ਜਾਗ੍ਰਿਤੀ ਨਾਮਕ 9ਵਾਂ ਅਧਿਆਇ ਪੂਰਾ ਹੁੰਦਾ ਹੈ। ਇਤਿ ਸ਼੍ਰੀਮਤ ਪਰਮਹੰਸ ਪਰਮਾਨੰਦਸਯ ਸ਼ਿਸ਼ਯ ਸਵਾਮੀ ਅੜਗੜਾਨੰਦ ਕ੍ਰਿਤੇ ਸ਼੍ਰੀਮਦ ਭਗਵਤ ਗੀਤਾਯ ਯਥਾਰਥ ਗੀਤਾ ਭਾਸ਼ਯ ਰਾਜ ਵਿਦਿਆ ਜਾਗ੍ਰਿਤੀ ਨਾਮ 9ਵਾਂ ਅਧਿਆਇ। ਇਸ ਤਰ੍ਹਾਂ ਸ਼੍ਰੀਮਤ ਪਰਮਹੰਸ ਪਰਮਾਨੰਦ ਜੀ ਦੇ ਸ਼ਿਸ਼ ਸਵਾਮੀ ਸ਼੍ਰੀ ਅੜਗੜਾਨੰਦ ਕ੍ਰਿਤ ਸ਼੍ਰੀਮਦ ਭਗਵਤ ਗੀਤਾ ਭਾਸ਼ਯ ਯਥਾਰਥ ਗੀਤਾ ਵਿੱਚ ਰਾਜ ਵਿਦਿਆ ਜਾਗ੍ਰਿਤੀ ਨਾਮਕ 9ਵਾਂ ਅਧਿਆਇ ਪੂਰਾ ਹੁੰਦਾ ਹੈ। ਹਰਿ ਓਮ ਤਤ ਸਤਿ।